ਧੰਨਵਾਦੀ ਹਾਂ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲੇ ਤੇ ਪਿੰਡ ਸਿੰਧਮਾ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀਆਂ ਦੇ ਜਿਨ੍ਹਾਂ ਦਾ ਸਹਿਯੋਗ ਮਿਲਦਾ ਤੇ ਗੱਲਬਾਤ ਤੁਹਾਡੇ ਤੱਕ ਪਹੁੰਚਦੀ ਹੈ। ਤੇ ਧੰਨਵਾਦੀ ਹਾਂ ਨਵਜੀਤ ਹੋਰਾਂ ਦੇ ਜਿਹੜੇ ਇਸ ਵਕਤ ਆਪਣੇ ਨਾਲ ਸ਼ਾਮਲ ਨੇ। ਜੀ ਨਵਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ। ਰੇਡੀਓ ਚੰਦ ਪ੍ਰਦੇਸ਼ੀ ਦੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਸੁਖਨੈਬ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਪਿਆਰ ਸਤਿਕਾਰ ਜੀ ਤੇ ਦੁਆਵਾਂ। ਮਹਾਂਪੰਚਾਇਤ ਦੇ ਵੱਡੇ ਇਕੱਠ ਤੋਂ ਬਾਅਦ ਹੁਣ ਦਿੱਲੀ ਜਾਣ ਵਾਲਿਆਂ ਦੀ ਗਿਣਤੀ ਵੱਧ ਗਈ ਜੀ? ਸੁਖਨੈਬ ਜੀ ਗਿਣਤੀ ਹੁਣ ਦਿਨੋ ਦਿਨ ਵਧਦੀ ਜਾ ਰਹੀ ਹੈ, ਆਉਣ ਵਾਲੇ ਦਿਨਾਂ ਚ ਇਹ ਗਿਣਤੀ ਹੋਰ ਵਧਣੀ ਹੈ, ਕਿਉਂਕਿ ਜਿਸ ਤਰ੍ਹਾਂ ਸੰਯੁਕਤ ਮੋਰਚੇ ਵੱਲੋਂ ਹੁਣ ਨਵੇਂ ਐਲਾਨ ਕੀਤੇ ਜਾ ਰਹੇ ਨੇ, ਸੰਯੁਕਤ ਮੋਰਚੇ ਵੱਲੋਂ ਮਹਾਂਪੰਚਾਇਤ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ, ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖੀਏ ਤਾਂ ਇਹੀ ਲੱਗਦਾ ਆਉਣ ਵਾਲੇ ਦਿਨਾਂ ਦੇ ਦੌਰਾਨ ਗਿਣਤੀ ਵੱਧ ਸਕਦੀ ਹੈ, ਕਿਉਂਕਿ ਅੰਦੋਲਨ ਵਿਚ ਹੁਣ ਇਕ ਨਵਾਂ ਰੰਗ ਨਵਾਂ ਰੂਪ ਦੇਖਣ ਨੂੰ ਮਿਲ ਰਿਹਾ। ਇਹਦੇ ਵਿਚ ਕੋਈ ਦੋ ਰਾਏ ਨੀ, ਕਿਉਂਕਿ ਜਿਸ ਤਰ੍ਹਾਂ ਅੰਦੋਲਨ ਨੇ ਇਕ ਦੁਆਰਾ ਮੋੜ ਕੱਟਿਆ, ਉਸ ਤੋਂ ਬਾਅਦ ਇਹੀ ਲੱਗਦਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਗਿਣਤੀ ਹੋਰ ਵਧੂਗੀ। ਹੁਣ ਦੇਖੋ ਪੰਜਾਬ ਵਾਲੇ ਪਾਸਿਓਂ ਤਾਂ ਬਹੁਤ ਸਾਰੇ ਕਿਸਾਨ ਵੀਰ ਸਹਿਯੋਗ ਦੇਣ ਲਈ ਉੱਥੇ ਪਹੁੰਚੇ ਸਨ, ਉਨ੍ਹਾਂ ਤੋਂ ਇਲਾਵਾ ਹੁਣ ਵੱਖ ਵੱਖ ਸੂਬਿਆਂ ਦੇ ਲੋਕ, ਕਿਸਾਨ, ਮਜ਼ਦੂਰ, ਇੱਥੋਂ ਤੱਕ ਕਿ ਹਰ ਵਰਗ ਨਾਲ ਸੰਬੰਧਿਤ ਵਪਾਰੀ, ਅਧਿਆਪਕ ਵੀ, ਕੁਛ ਵਕੀਲ ਵੀ, ਸੇਵਾ ਮੁਕਤ ਹੋਏ ਵੀ, ਰਿਟਾਇਰਡ ਹੋਏ ਬਹੁਤ ਸਾਰੇ ਲੋਕ ਉੱਥੇ ਪਹੁੰਚ ਰਹੇ ਨੇ। ਹੁਣ ਦੇਖੋ ਉਨ੍ਹਾਂ ਸਾਰਿਆਂ ਨੂੰ ਇੱਕ ਗੱਲ ਤਾਂ ਹੁਣ ਪਤਾ ਹੈ ਕਿ ਇਹ ਮੁੱਦਾ ਸਿਰਫ ਹੁਣ ਕਿਸਾਨੀ ਦਾ ਨਹੀਂ ਰਿਹਾ, ਖਾਣਾ ਸਾਰਿਆਂ ਨੇ ਖਾਣਾ, ਰੋਟੀ ਸਾਰਿਆਂ ਨੇ ਖਾਣੀਆਂ, ਪਰ ਇਕਜੁੱਟ ਹੋਣਾ ਉਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਆ, ਕਿਉਂਕਿ ਜੇਕਰ ਇਕਜੁੱਟਤਾ ਨਹੀਂ ਰਹੇਗੀ ਤੇ ਆਉਣ ਵਾਲੇ ਦਿਨਾਂ ਦੌਰਾਨ ਅੰਦੋਲਨ ਇਧਰ ਉਧਰ ਹੋ ਸਕਦਾ, ਕਿਉਂਕਿ ਬਹੁਤ ਸਾਰੀਆਂ ਤਾਕਤਾਂ ਇਹਨੂੰ ਖਦੇੜਨ ਵਿਚ ਲੱਗੀਆਂ ਹੋਈਆਂ ਨੇ। ਪਰ ਹੁਣ ਦੇਖੋ ਜਿਸ ਤਰ੍ਹਾਂ ਮਹਾਂਪੰਚਾਇਤਾਂ ਦਾ ਮੁੱਢ ਵੱਜਾ, ਹਰਿਆਣੇ ਵਾਲੇ ਪਾਸਿਓਂ ਵੀ ਸ਼ੁਰੂਆਤ ਹੋਈ, ਉੱਤਰ ਪ੍ਰਦੇਸ਼ ਵਿਚ ਵੀ ਮਹਾਂਪੰਚਾਇਤਾਂ ਹੋਈਆਂ, ਹੁਣ ਰਾਜਸਥਾਨ ਵਾਲੇ ਪਾਸੇ ਵੀ ਆਉਣ ਵਾਲੇ ਦਿਨਾਂ ਚ 19 ਫਰਵਰੀ ਨੂੰ ਹਨੂਮਾਨਗੜ੍ਹ ਵਿਚ ਆ, 18 ਫਰਵਰੀ ਨੂੰ ਰਾਏ ਸਿੰਘ ਨਗਰ ਗੰਗਾਨਗਰ ਰਾਜਸਥਾਨ ਵਿਖੇ ਆ, ਤੇ ਫਿਰ 23 ਫਰਵਰੀ ਨੂੰ ਸੀਕਰ ਰਾਜਸਥਾਨ ਚ ਆ। ਹੁਣ ਆਉਣ ਵਾਲੇ ਦਿਨਾਂ ਦੌਰਾਨ ਆਹ ਮਹੀਨਾ ਮਹਾਂਪੰਚਾਇਤ ਦਾ, ਇਹਦਾ ਮਤਲਬ ਇਹ ਹੈ ਕਿ ਹੋ ਸਕਦਾ ਇਨ੍ਹਾਂ ਪੰਚਾਇਤਾਂ ਦੇ ਦਬਾਅ ਦੇਖ ਕੇ ਇਕ ਵਾਰ ਫਿਰ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਦੋਹਾਂ ਪਾਸਿਆਂ ਵੱਲੋਂ। ਵੈਸੇ ਤਾਂ ਕਿਸਾਨਾਂ ਨੇ ਤਾਂ ਪਹਿਲੇ ਹਾਮੀ ਭਰਤੀ ਹੈ, ਪਰ ਦੂਸਰੇ ਪਾਸੇ ਸਰਕਾਰ ਵਾਲੇ ਪਾਸਿਓਂ ਅਜੇ ਰੋਕ ਰੋਕ ਕੇ ਆਵਾਜ਼ ਨਿਕਲ ਰਹੀ ਹੈ, ਤਿਆਰ ਆ ਵਿਚੋਂ ਵਿਚ, ਪਰ ਕਿਸ ਤਰ੍ਹਾਂ ਕਿਹਾ ਜਾਵੇ ਇਹ ਸਮਝ ਨਹੀਂ ਆਉਂਦੀ ਪਈ। ਇਹ ਵੀ ਨਹੀਂ ਸਮਝ ਆਉਂਦੀ ਵਿਚ ਬੰਦੇ ਹੁਣ ਕਿਹੜੇ ਰੱਖੇ ਜਾਣ, ਕਿਉਂਕਿ ਜੋ ਮੰਤਰੀ ਇਸ ਵਕਤ ਮੌਜੂਦਾ ਸਮੇਂ ਵਿਚ ਹਰ ਵਾਰ ਗੱਲ ਕਰਦੇ ਆ, ਮੈਨੂੰ ਲੱਗਦਾ ਇੱਕ ਮੰਤਰੀ ਨੂੰ ਛੱਡ ਕੇ ਜਿਹੜੇ ਬਾਕੀ ਆ ਉਹਨਾਂ ਦੇ ਨਾਲ ਉਸ ਮੀਟਿੰਗ ਵਿਚ ਹੋਰ ਵੀ 35 ਤੋਂ 40 ਬੰਦੇ ਸ਼ਾਮਲ ਹੁੰਦੇ ਨੇ ਇਨ੍ਹਾਂ ਮੰਤਰੀਆਂ ਤੋਂ ਇਲਾਵਾ, ਤੇ ਬਹੁਤ ਸਾਰੇ ਉਹਨਾਂ ਤੋਂ ਨਾ ਖੁਸ਼ੀ ਨਜ਼ਰ ਆ ਰਹੇ ਨੇ, ਕਿਉਂਕਿ ਉਹਨਾਂ ਦਾ ਗੱਲ ਕਰਨ ਦਾ ਤਰੀਕਾ, ਉਹਨਾਂ ਦਾ ਸੁਭਾਅ ਜਿਹੜਾ ਇਹ ਵੱਖਰਾ ਹੀ ਹੈ। ਹੁਣ ਹਰ ਗੱਲ ਹੁਣ ਦੇਖੋ ਰਾਜ ਸਭਾ ਵਿਚ ਵੀ ਪੰਜਾਬ ਜੀ ਉਹੀ ਗੱਲ ਬਾਰ ਬਾਰ ਉੱਠਣੀ ਹੈ ਕਿ ਅਸੀਂ ਤਾਂ ਬਹੁਤ ਵਾਰ ਗੱਲ ਕੀਤੀ ਹੈ, ਹਾਲਾਂਕਿ ਇੱਕ ਇੱਕ ਗੱਲ ਦਾ ਜਵਾਬ ਕਿਸਾਨ ਆਗੂਆਂ ਨੇ ਦਿੱਤਾ, ਕ੍ਰੋਸ ਗੱਲ ਕਰਨ ਦੀ ਗੱਲ ਕਹਿ ਲੋ, ਕੱਲੀ ਕੱਲੀ ਲਾਈਨ, ਕੱਲੇ ਕੱਲੇ ਸ਼ਬਦ, ਉਹ ਕਹਿੰਦੇ ਅਸੀਂ ਹਰ ਚੀਜ਼ ਤੇ ਚਰਚਾ ਕਰ ਚੁੱਕੇ ਹਾਂ, ਪਰ ਜੇਕਰ ਸਰਕਾਰ ਗੱਲਬਾਤ ਲਈ ਤਿਆਰ ਹੁੰਦੀ ਹੈ ਤੇ ਅਸੀਂ ਵੀ ਤਿਆਰ ਹਾਂ, ਪਰ ਇਸ ਵਾਰ ਅਸੀਂ ਨਾ ਨੀ ਕੀਤੀ ਸੀ ਗੱਲਬਾਤ, ਅਸੀਂ ਨੀ ਰੋਕੀ ਸੀ, ਇਹ ਰੋਕੀ ਸੀ ਸਰਕਾਰ ਵਾਲੇ ਪਾਸਿਓਂ, ਤੇ ਸਰਕਾਰ ਇੱਕ ਵਾਰ ਜੇ ਮੁੜ ਕਹੂਗੀ ਗੱਲ ਕਰਨੀ ਹੈ ਤੇ ਅਸੀਂ ਤਿਆਰ ਹਾਂ, ਜਾਵਾਂਗੇ ਜ਼ਰੂਰ। ਹੁਣ ਦੇਖੋ ਅੱਜ ਵੀ ਕੁਛ ਇਲਾਕਿਆਂ ਵਿਚ ਮਹਾਂਪੰਚਾਇਤ ਹੋਈ ਹੈ, ਬਲਾਰੀ ਤੇ ਬਹਾਦਰਗੜ੍ਹ ਵਿਚ ਚੰਗਾ ਇਕੱਠ ਦੇਖਣ ਨੂੰ ਮਿਲਿਆ, ਜਿਸ ਤਰ੍ਹਾਂ ਕੱਲ ਜਗਰਾਓ ਵਾਲੇ ਪਾਸੇ ਇਕੱਠ ਦੇਖਣ ਨੂੰ ਮਿਲਿਆ, ਉਸੇ ਤਰ੍ਹਾਂ ਅੱਜ ਬਹਾਦਰਗੜ੍ਹ ਤੇ ਬਲਾਰੀ ਵਿਚ ਵੀ ਚੰਗਾ ਇਕੱਠ ਦੇਖਣ ਨੂੰ ਮਿਲਿਆ। ਇਸ ਇਕੱਠ ਨੇ ਇੱਕ ਨਵੀਆਂ ਹੀ ਚੀਜ਼ਾਂ ਸਾਹਮਣੇ ਰੱਖੀਆਂ, ਹਰ ਰੋਜ਼ ਹੁਣ ਜਿਸ ਤਰ੍ਹਾਂ ਮਹਾਂਪੰਚਾਇਤ ਹੁੰਦੀ ਹੈ, ਸ਼ਾਮ ਨੂੰ ਮੀਟਿੰਗ ਵੀ ਜ਼ਰੂਰ ਉਹਨਾਂ ਆਗੂਆਂ ਦੀ ਹੁੰਦੀ ਹੋਵੇਗੀ, ਉਹਨਾਂ ਵਿਚ ਹੁਣ ਜਿਹੜੀਆਂ ਨਵੀਆਂ ਗੱਲਾਂ ਨਿਕਲੀਆਂ, ਉਹ ਕਹਿੰਦੇ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਕੀ ਨੀਅਤ ਇਸ ਤੱਤ ਤੋਂ ਵੀ ਸਪਸ਼ਟ ਹੁੰਦੀ ਹੈ ਕਿ ਵੱਡੇ ਗੋਦਾਮ ਪਹਿਲਾਂ ਹੀ ਬਣਾ ਦਿੱਤੇ ਗਏ ਸਨ। ਇਹ ਗੱਲ ਬਿਲਕੁਲ ਸਹੀ ਆ, ਕਈ ਜ਼ਿਲ੍ਹਿਆਂ ਵਿਚ ਪੰਜਾਬ ਵਿਚ ਵੀ, ਮੈਂ ਭਾਰਤ ਦੀ ਗੱਲ ਨੀ ਕਰੂੰਗਾ, ਪੰਜਾਬ ਦੀ ਸਿਰਫ ਗੱਲ ਕਰਦੇ ਹਾਂ, ਇੱਕ ਇਲਾਕੇ ਵਿਚ ਤਾਂ ਮਾਲਵੇ ਵਾਲੇ ਪਾਸੇ ਪਹਿਲਾਂ ਬਣਾਉ ਚੱਲਦਾ ਪਿਆ ਕਾਫੀ ਸਮੇਂ ਤੋਂ, ਪਰ ਉਸ ਤੋਂ ਇਲਾਵਾ 2-3 ਹੋਰ ਅਜਿਹੇ ਜ਼ਿਲ੍ਹੇ ਵੀ ਨੇ ਜਿੱਥੇ ਦੱਸਿਆ ਜਾ ਰਿਹਾ ਕਿ ਜ਼ਮੀਨ ਸਰਕਾਰ ਨੇ ਅਕਵਾਇਰ ਕਰ ਲਈ ਹੈ, ਤੇ ਉਸ ਜ਼ਮੀਨ ਨੂੰ ਇੱਕ ਤਾਂ ਪਿਛਲੀ ਸਰਕਾਰ ਨੇ ਤੇ ਇੱਕ ਹੋਣ ਵਾਲੀ ਸਰਕਾਰ ਨੇ ਇਜਾਜ਼ਤ ਦਿੱਤੀ ਹੈ, ਹਾਲਾਂਕਿ ਬਹੁਤ ਸਾਰੀਆਂ ਗੱਲਾਂ ਹੋਰ ਵੀ ਨਾਲ ਜੁੜਦੀਆਂ। ਹੁਣ ਆਹ ਜਿਹੜੀ ਗੱਲ ਨਿਕਲੀ ਹੈ ਕਿ ਕਾਰਪੋਰੇਟ ਪੱਖੀ ਨੀਅਤ ਇੱਥੋਂ ਸਪਸ਼ਟ ਕਰਦੀ ਹੈ ਕਿ ਗੋਦਾਮ ਪਹਿਲਾਂ ਬਣ ਚੁੱਕੇ ਨੇ, ਇਹ ਗੱਲ ਸਹੀ ਹੈ, ਭੰਡਾਰ ਬਣ ਗਏ ਤਾਂ ਹੀ ਉਹਨਾਂ ਨੇ ਟੋਹ ਕੇ ਦੇਖਿਆ ਕਿ ਕਿੱਥੇ ਜਾ ਕੇ ਕੰਮ ਰੁਕਦਾ,
ਭੰਡਾਰ ਤਾਂ ਉਹਨਾਂ ਨੇ ਉਸੇ ਹਿਸਾਬ ਨਾਲ ਕਰਨਾ, ਆਪਾਂ ਗੋਦਾਮਾਂ ਵੀ ਦੇਖੀਏ ਕਿੰਨੀ ਕਿੰਨੀ ਉਹਨਾਂ ਦੇ ਵਿੱਚ ਭੰਡਾਰ ਕਰਨ ਦੀ ਸਮਰੱਥਾ। ਇੱਕ ਹੋਰ ਗੱਲ ਹੈ, ਆਹ ਮੋਗੇ ਵਾਲੇ ਪਾਸੇ ਜਿਹੜਾ ਬਣਿਆ ਹੋਇਆ ਭੰਡਾਰ ਕਰਨ ਨੂੰ ਨਾ ਪਲਾਂਟ ਮੈਪ ਜੀ, ਉਹਦੇ ਵਿੱਚ ਵੱਡੀ ਖਾਸੀਅਤ ਇਹ ਹੈ ਬਹੁਤੀ ਜ਼ਰੂਰਤ ਨਹੀਂ ਪੈਂਦੀ। ਮੈਂ ਉਧਰਲੇ ਇਲਾਕੇ ਦੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ, ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਇਲਾਕੇ ਵਿੱਚ ਇਹ ਪਲਾਂਟ ਬਣਿਆ, ਹਾਲਾਂਕਿ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਉਹਨਾਂ ਕਿਸਾਨਾਂ ਦੀ ਆਪਣੀ ਆਪਣੀ ਰਾਏ ਹੈ। ਉਹ ਕਹਿੰਦੇ ਅਸੀਂ ਟਰਾਲੀ ਲੈ ਕੇ ਜਾਂਦੇ ਹਾਂ ਤੇ ਸਾਡੀ ਸਾਨੂੰ ਬਹੁਤਾ ਸਮਾਂ ਇੰਤਜ਼ਾਰ ਨਹੀਂ ਕਰਨਾ ਪੈਂਦਾ, ਟਰਾਲੀ ਮਸ਼ੀਨ ਤੇ ਚੜ੍ਹਦੀ ਆ ਤੇ ਕੰਮ ਹੋ ਜਾਂਦਾ ਤੇ ਸੁੱਖ ਨਾਲ ਪੇਮੈਂਟ ਵੀ ਕਹਿੰਦੇ ਮਿਲਦੀ ਹੈ। ਹੁਣ ਦੇਖੋ ਇਹਦੇ ਵੀ ਦੋ ਪੱਖ ਹੈ, ਕਿਉਂਕਿ ਅਜੇ ਤੱਕ ਤਾਂ ਪੂਰੇ ਦੇਸ਼ ਵਿੱਚ ਬਾਜ਼ਾਰ ਇਸ ਤਰ੍ਹਾਂ ਦਾ ਸ਼ੁਰੂ ਨਹੀਂ ਹੋਇਆ ਜਿਹਦੇ ਕਰਕੇ ਸਮੱਸਿਆਵਾਂ ਆ ਸਕਦੀਆਂ ਨੇ। ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੱਖ ਵੱਖ ਸੂਬਿਆਂ ਵਿੱਚ ਅਜਿਹੇ ਪਲਾਂਟ ਲੱਗਦੇ ਆ ਤੇ ਉਹ ਕਿਸਾਨ ਜੋ ਕਹਿੰਦੇ ਅਜੇ ਤੱਕ ਸਮੱਸਿਆਵਾਂ ਨਹੀਂ ਆਉਂਦੀਆਂ, ਆਉਣ ਵਾਲੇ ਸਮੇਂ 'ਚ ਉਹਨਾਂ ਲਈ ਸਮੱਸਿਆਵਾਂ ਇਹੀ ਪਲਾਂਟ ਖੜੇ ਕਰਨਗੇ, ਕਿਉਂਕਿ ਲੇਬਰ ਮਰਨੀ ਹੈ, ਕਿਉਂਕਿ ਆੜਤ ਮਰਨੀ ਹੈ, ਸਾਰਾ ਕੁਝ ਹੀ ਖਤਮ ਹੋਣਾ। ਹੁਣ ਜੇਕਰ ਇਸ ਤਰ੍ਹਾਂ ਹੁੰਦਾ ਤੇ ਫਿਰ ਜਿਹੜੀਆਂ ਹੁਣ ਮਹਾਂਪੰਚਾਇਤਾਂ ਵਿੱਚ ਗੱਲਾਂ ਉੱਠਣੀਆਂ ਸ਼ੁਰੂ ਹੋਈਆਂ ਕਿ ਸੋਚ ਸਮਝ ਕੇ ਸਾਰਾ ਕੁਝ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਹੈ। ਨੰਬਰ ਇੱਕ। ਨੰਬਰ ਦੋ, ਅੱਜ ਮਹਾਂਪੰਚਾਇਤ ਦੇ ਵਿੱਚ ਇੱਕ ਗੱਲ ਹੋਰ ਉੱਠੀ ਹੈ, ਉਹ ਕਹਿੰਦੇ ਕਿ 228 ਦੇ ਤਕਰੀਬਨ ਕਿਸਾਨ ਸ਼ਹੀਦ ਹੋ ਚੁੱਕੇ, ਆਪਾਂ 160-170 ਉਹ ਜੋੜਦੇ ਸੀ ਜਿਹੜੇ ਉੱਥੇ ਸੀ, ਪਰ ਬਹੁਤ ਸਾਰੇ ਜਿਹੜੇ ਘਰਾਂ ਚ ਆ ਕੇ ਵੀ ਇਸ ਤਰ੍ਹਾਂ ਹੋਏ ਆ, ਉਹਨਾਂ ਦੇ ਟੋਟਲ ਗਿਣਤੀ ਮਿਲਾ ਕੇ ਦੇਖੀਏ 228 ਦੇ ਤਕਰੀਬ ਬਣਦੀ ਹੈ, ਜੋ ਅੱਜ ਕਿਸਾਨ ਸੰਯੁਕਤ ਮੋਰਚਾ ਵੱਲੋਂ ਦੱਸੀ ਗਈ ਹੈ। ਉਹ ਕਹਿੰਦੇ ਰਾਜ ਸਭਾ ਵਿੱਚ ਵੀ ਗੱਲ ਇਸ ਮਾਮਲੇ ਨੂੰ ਲੈ ਕੇ ਉੱਠੀ ਹੈ, ਪਰ ਅਜੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਫਿਰ ਮੰਤਰੀ ਨੇ ਇਹ ਇਹਨਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਕੀਤਾ। ਪਰਿਵਾਰ ਤਾਂ ਤੁਸੀਂ ਦੇਖੋ ਤੋਮਰ ਸਾਹਿਬ ਤਾਂ ਇੱਥੋਂ ਤੱਕ ਹੀ ਜਾਂਦੇ, ਮੈਨੂੰ ਤਾਂ ਪਤਾ ਹੀ ਨਹੀਂ, ਕਹਿੰਦੇ ਗਿਣਤੂ ਨਹੀਂ ਪਤਾ। ਮੈਂ ਉਸੇ ਗੱਲ ਤੇ ਆਉਣਾ ਘੁਮਾ ਕੇ, ਹੁਣ ਤੋਮਰ ਹੁਣਾਂ ਨੇ ਇਹ ਬਿਆਨ ਦਿੱਤਾ, ਮੈਨੂੰ ਅਜੇ ਤੱਕ ਸਾਡੇ ਕੋਲ ਅੰਕੜਾ ਹੀ ਨਹੀਂ ਕਿ ਕਿੰਨੇ ਕੁ ਕਿਸਾਨ ਸ਼ਹਾਦਤ ਦੇ ਚੁੱਕੇ ਨੇ। ਹੁਣ ਜਿਸ ਸਰਕਾਰ ਦੇ ਕੋਲ ਇਹ ਅੰਕੜਾ ਹੀ ਨਹੀਂ ਤੇ ਉਹ ਅੱਗੇ ਜਾ ਕੇ ਕਰੂ ਕੀ, ਬਾਕੀ ਅੰਕੜਿਆਂ ਦਾ ਹਿਸਾਬ ਫਿਰ ਕਿੱਦਾਂ ਰੱਖੂਗੇ? ਹੁਣ ਕੰਟਰੈਕਟ ਫਾਰਮਿੰਗ ਦੀ ਗੱਲ ਕਹੀ ਜਾਂਦੀ ਹੈ, ਕੰਪਨੀਆਂ ਦਾ ਹਿਸਾਬ ਕਿੱਦਾਂ ਰੱਖੂਗੇ? ਕਿਹੜੀਆਂ ਕਿਹੜੀਆਂ ਕੰਪਨੀਆਂ ਆਉਣੀਆਂ, ਕਿਸ ਤਰ੍ਹਾਂ ਚੱਲਣੀਆਂ, ਉਹਦਾ ਹਿਸਾਬ ਕਿੱਦਾਂ ਰੱਖੂਗੇ? ਹੁਣ ਇੱਕ ਪਾਸੇ ਤਾਂ ਇਹ ਹਿਸਾਬ ਰੱਖ ਲਿਆ ਗਿਆ ਕਿ ਇੱਕ ਕੰਪਨੀ ਦੇ ਟਾਵਰ ਡਿੱਗਦੇ ਪਏ ਆ ਤੇ ਉਹਦੇ ਨਾਲ ਨੁਕਸਾਨ ਹੋਇਆ, ਉਹਨਾਂ ਟਾਵਰਾਂ ਦਾ ਹਿਸਾਬ ਰੱਖ ਲਿਆ, ਕਿਉਂਕਿ ਉਹ ਉਸ ਘਰਾਣੇ ਦੇ ਆ ਜਿਨ੍ਹਾਂ ਨੂੰ ਤੁਸੀਂ ਬਾਜ਼ਾਰ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ, ਉਹਨਾਂ ਦਾ ਹਿਸਾਬ ਰੱਖੋ ਗਿਆ। ਤੁਹਾਡੇ ਕੋਲੋਂ 30 ਕਿਲੋਮੀਟਰ ਦੂਰ ਦਾ ਏਰੀਆ ਵੀ ਨਹੀਂ ਗਾ ਜਿੱਥੇ ਕਿਸਾਨਾਂ ਦੀ ਇੰਨੀ ਸ਼ਹਾਦਤ ਹੋਈ ਹੈ, ਉਹਨਾਂ ਦਾ ਅੰਕੜਾ। ਹਾਲਾਂਕਿ ਏਜੰਸੀਆਂ ਇਹ ਗੱਲ ਜ਼ਰੂਰ ਪਹੁੰਚਾਉਂਦੀਆਂ ਹੋਣਗੀਆਂ ਉੱਥੇ ਤੱਕ, ਏਜੰਸੀਆਂ ਦੇ ਬੰਦੇ ਉੱਥੇ ਘੁੰਮਦੇ ਜ਼ਰੂਰ ਹੋਣਗੇ, ਵੱਖ ਵੱਖ ਕੱਪੜੇ ਪਾ ਕੇ, ਪੋਸ਼ਾਕਾਂ ਵੱਖ ਵੱਖ ਵੀ ਹੋ ਸਕਦੀਆਂ, ਜ਼ਰੂਰੀ ਨਹੀਂ ਅੱਖਾਂ ਤੇ ਐਨਕਾਂ ਹੀ ਲਾਉਣੀਆਂ, ਹੋਰ ਵੀ ਬੜੇ ਸਾਰੇ ਉਹਨਾਂ ਦੇ ਰੂਪ ਬਦਲ ਕੇ ਉੱਥੇ ਘੁੰਮਦੇ ਹੋਣੇ ਆ। ਮੈਨੂੰ ਲੱਗਦਾ ਅੱਧੇ ਕਿਸਾਨਾਂ ਵਿੱਚ ਤਾਂ ਏਜੰਸੀਆਂ ਦੇ ਬੰਦੇ ਵੀ ਹੋਣੇ ਆ ਜਿਹੜੇ ਦੱਸਦੇ ਹੋਣੇ ਆ, ਅਜੇ ਤੱਕ ਇਹ ਗੱਲ ਨਹੀਂ ਗਈ। ਚਲੋ, ਹੁਣ ਇਸ ਬਿਆਨ ਦੀ ਵੀ ਉਹਨਾਂ ਨੇ ਨਿੰਦਾ ਕੀਤੀ ਹੈ ਕਿ ਖੇਤੀਬਾੜੀ ਮੰਤਰੀ ਵੱਲੋਂ ਜਾਂ ਫਿਰ ਭਾਜਪਾ ਸਰਕਾਰ ਦੇ ਮੰਤਰੀਆਂ ਵੱਲੋਂ ਅਜੇ ਤੱਕ ਇਸ ਗੱਲ ਨੂੰ ਦੱਸਿਆ ਨਹੀਂ ਗਿਆ ਕਿ ਕਿੰਨੇ ਕਿਸਾਨਾਂ ਦੀ ਸ਼ਹਾਦਤ ਦਾ ਕੋਈ ਰਿਕਾਰਡ ਹੀ ਨਹੀਂ ਸ਼ਾਮਲ ਹੋਏ ਤੱਕ। ਸੋ ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਚ ਨਵੀਆਂ ਸਮੱਸਿਆਵਾਂ ਸਰਕਾਰ ਲਈ ਹੀ ਖੜੀਆਂ ਕਰ ਸਕਦੀਆਂ ਨੇ, ਕਿਉਂਕਿ ਮਹਾਂਪੰਚਾਇਤਾਂ ਦਾ ਇਕੱਠ ਸਰਕਾਰ ਤੇ ਦਬਾਅ ਬਣਾਏਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਦੂਜੇ ਪਾਸੇ ਹੁਣ ਜਿਸ ਤਰ੍ਹਾਂ 14 ਫਰਵਰੀ ਨੂੰ ਲੈ ਕੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਵੱਖ ਵੱਖ ਸ਼ਹਿਰਾਂ ਪਿੰਡਾਂ ਵਿੱਚ ਤੇ ਭਾਜਪਾ ਸਰਕਾਰ ਦੇ ਝੂਠੇ ਰਾਸ਼ਟਰਵਾਦ ਦਾ ਪਰਦਾਫਾਸ਼ ਕਰਨ ਲਈ, ਇਸ ਤੋਂ ਇਲਾਵਾ ਇੱਕ ਮੀਡੀਆ ਹਾਊਸ ਤੇ ਇੱਕ ਐਂਕਰ ਦੀ ਜਿਹੜੀ ਚੈਟ ਲੀਕ ਹੋਈ ਸੀ, ਵਟਸਐਪ ਦੇ ਉੱਪਰ ਮੈਸੇਜ ਉਹਦੇ ਲੀਕ ਹੋਏ ਸੀ, ਉਹਨਾਂ ਦੇ ਖਿਲਾਫ ਲੋਕ ਸੜਕਾਂ ਤੇ ਉਤਰਨਗੇ। ਜਵਾਨਾਂ ਦਾ ਪੂਰਾ ਸਨਮਾਨ ਕਰਦੇ ਆ, ਕਹਿੰਦੇ ਅਸੀਂ ਅੱਗੇ ਵੀ ਕਰਾਂਗੇ ਆਉਣ ਵਾਲੇ ਸਮੇਂ ਵਿੱਚ, ਪਰ ਇਹਨਾਂ ਲੋਕਾਂ ਨੇ ਜੋ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ, ਤੁਸੀਂ ਦੇਖੋ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਜੁੜਿਆ ਹੋਇਆ ਇਹ ਮੁੱਦਾ। ਹਾਲਾਂਕਿ ਦੇਸ਼ ਦੇ ਗ੍ਰਹਿ ਮੰਤਰੀ ਨੂੰ ਜਾਂ ਫਿਰ ਰੱਖਿਆ ਮੰਤਰੀ ਤੱਕ ਤੇ ਸਭ ਤੋਂ ਉੱਪਰ ਪ੍ਰਧਾਨ ਮੰਤਰੀ ਉਹਨਾਂ ਤੱਕ ਇਹ ਗੱਲ ਹੁੰਦੀ ਤਾਂ ਠੀਕ ਸੀ, ਜਾਂ ਫਿਰ ਹੋਰ ਵੀ ਫੌਜ ਦੇ ਉੱਚ ਅਧਿਕਾਰੀ ਇਹ ਤੇ ਸ਼ਾਮਲ ਹੋ ਸਕਦੇ ਆ, ਪਰ ਮੀਡੀਆ ਦੇ ਇੱਕ ਹਿੱਸੇ ਤੋਂ ਪੁਲਵਾਮਾ ਹਮਲੇ ਦੀ ਪਹਿਲਾਂ ਹੀ ਗੱਲ ਪਹੁੰਚਣਾ, ਉਸ ਤੋਂ ਬਾਅਦ ਆਪਣੇ ਚੈਨਲ ਦੇ ਉੱਪਰ ਦਿਖਾਉਣਾ। ਹੁਣ ਤਾਂ 2-3 ਦਿਨ ਪਹਿਲਾਂ ਦੀ ਗੱਲ ਹੈ, ਚੈਨਲ ਵਾਲੇ ਕਹਿੰਦੇ ਸਾਡੇ ਕੋਲ ਕੋਈ ਸਬੂਤ ਹੀ ਹੈ ਨੀ ਉਸ ਬੰਦੇ ਦਾ ਕਿ ਇਸ ਤਰ੍ਹਾਂ ਦਾ ਹੋਇਆ। ਹੁਣ ਇਹ ਸਾਰੀਆਂ ਗੱਲਾਂ ਆਪਸ ਵਿੱਚ ਜੁੜਦੀਆਂ ਤੇ ਇਹ ਸਾਨੂੰ ਦੱਸਦੀਆਂ ਕਿ ਕਿਸ ਤਰ੍ਹਾਂ ਹਾਲਾਤ, ਕਿਸ ਤਰ੍ਹਾਂ ਸਰਕਾਰ ਦੇ ਕਹਿਣ ਦੇ ਉੱਪਰ ਮੀਡੀਆ ਦਾ ਇੱਕ ਹਿੱਸਾ ਸ਼ਾਇਦ ਕੰਮ ਕਰਦਾ ਹੋ ਸਕਦਾ, ਸ਼ਾਇਦ ਨਹੀਂ, ਮੈਨੂੰ ਲੱਗਦਾ ਕਰਦਾ ਹੋ ਹੀ ਸਕਦਾ, ਇੱਕ ਬਹੁਤ ਵੱਡਾ ਹਿੱਸਾ, ਬਹੁਤ ਸਾਰੇ ਗਰੁੱਪ ਇਸ ਕੰਮ ਵਿੱਚ ਲੱਗੇ ਹੋਏ ਨੇ। ਪਰ 14 ਫਰਵਰੀ ਨੂੰ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਇੱਕ ਮਸ਼ਾਲ ਮਾਰਚ, ਇੱਕ ਮੋਮਬੱਤੀ ਮਾਰਚ ਕੱਢਿਆ ਜਾਊਗਾ ਆਉਣ ਵਾਲੇ ਦਿਨਾਂ ਵਿੱਚ। 13 ਫਰਵਰੀ ਦਾ ਪ੍ਰੋਗਰਾਮ ਵੀ ਹੈ। ਕਰਨਾਟਕ ਰਾਜ ਰਾਇਤਾ ਸੰਘ ਦੇ ਸੰਸਥਾਪਕ ਨੇ, ਉੱਘੇ ਕਿਸਾਨ ਆਗੂ ਨੇ ਪ੍ਰੋਫੈਸਰ ਨਜ਼ੁੰਦਾ ਸਵਾਮੀ, ਉਹਨਾਂ ਦੇ ਜਨਮ ਦਿਵਸ ਮੌਕੇ ਕਿਸਾਨ ਪ੍ਰਣ ਲੈਣਗੇ, ਇਕੱਠੇ ਹੋ ਕੇ ਅੱਗੇ ਚੱਲਣ ਦੀ ਗੱਲ ਕਰਾਂਗੇ। ਭਾਵੇਂ 1-2 ਕਿਸਾਨ ਜਥੇਬੰਦੀਆਂ ਹੁਣ ਫਿਰ ਪਿੱਛੇ ਹਟਣ ਦੀ ਤਾਂਘ ਵੀ ਵਿੱਚ ਨੇ, ਪਰ ਇਕੱਠ ਇਹਨਾਂ ਦਾ ਏਦਾਂ ਲੱਗਦਾ ਕਿ ਰਹੂਗਾ। ਜੀ,
ਕਾਹਨੂੰ ਬਾਲਦਾ ਬਨੇਰਿਆਂ ਤੇ ਮੋਮਬੱਤੀਆਂ ਲੰਘ ਜਾਣ ਦੇ ਹਵਾਵਾਂ ਗਲੀ ਵਿਚੋਂ ਤੱਤੀਆਂ ਪਰ ਤੱਤੀਆਂ ਹਵਾਵਾਂ ਦੇ ਵਿਚ ਹੀ ਤਾਂ ਮੋਮਬੱਤੀਆਂ ਬਲਣੀਆਂ ਚਾਹੀਦੀਆਂ ਝੱਖਣਾ ਚ ਦੀਵੇ ਜਿਨ੍ਹਾਂ ਚਿਰ ਨਹੀਂ ਬਲਦੇ ਗੱਲ ਬਣਦੀ ਨਹੀਂ ਹੁੰਦੀ ਪ੍ਰਧਾਨ ਮੰਤਰੀ ਦੇ ਹੰਝੂ ਕਹਿੰਦੇ ਘੜੀ ਘੜਾਈ ਪੇਸ਼ਕਾਰੀ ਹੈ ਕਿਹਨੂੰ ਲੱਗੀ ਇਹ ਗੱਲ ਇੱਕ ਸਾਡੇ ਮੰਤਰੀ ਨੇ ਕਾਂਗਰਸ ਦੇ ਹੁਣ ਉਹ ਕਹਿੰਦੇ ਆ ਕਿ ਸ਼ਸ਼ੀ ਥਰੂਰ ਨੇ ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਹੋਣਾ ਨੇ ਰਾਜ ਸਭਾ ਵਿਚ ਜੋ ਕੁਛ ਵੀ ਵਾਪਰਿਆ ਜੋ ਕੁਛ ਹੋਇਆ ਗੁਲਾਮ ਨਬੀ ਆਜ਼ਾਦ ਹੋਣਾ ਦੀ ਜਿਸ ਦਿਨ ਵਧਾਈਗੀ ਸੀ ਉਸ ਦਿਨ ਇਹ ਸਾਰਾ ਕੁਛ ਇੱਕ ਸਕ੍ਰਿਪਟਡ ਜਿਹਾ ਪ੍ਰੋਗਰਾਮ ਹੈ ਹਾਲਾਂਕਿ ਦੋਸਤਾਂ ਵੱਖ ਵੱਖ ਵਿਰੋਧੀ ਧਿਰ ਵਾਲੇ ਵੀ ਇਹ ਲਾਉਂਦੇ ਰਹਿੰਦੇ ਕਿ ਪਾਰਟੀ ਚ ਜ਼ਿਆਦਾ ਕੁਛ ਸਕ੍ਰਿਪਟਡ ਹੀ ਹੁੰਦਾ ਬਹੁਤ ਥੋੜਾ ਕੁਛ ਨੀ ਬਹੁਤ ਕੁਛ ਤੇ ਉੱਚ ਅਧਿਕਾਰੀ ਜਿਹੜੇ ਪੜ੍ਹੇ ਲਿਖੇ ਆ ਜਿਹੜੇ ਚਲਾਉਂਦੇ ਆ ਜਾਂ ਫਿਰ ਕੋਈ ਸੰਘ ਦੇ ਮੈਂਬਰ ਹੋਊਗੇ ਪਤਾ ਨੀ ਵਿੱਚ ਰਾਜ ਸਭਾ ਚ ਗੱਲਾਂ ਉੱਥੇ ਜਾਂਦੀਆਂ ਹੁਣ ਇਧਰ ਉਧਰ ਜਦੋਂ ਕੋਈ ਭਾਸ਼ਣ ਦਿੰਦਾ ਸੰਘ ਵਾਲੇ ਵੀ ਕਹਿੰਦੇ ਇਸੇ ਤਰ੍ਹਾਂ ਕਰਦੇ ਆ ਸੋ ਇਹ ਸਾਰਾ ਕੁਛ ਇੱਕ ਏਜੰਡੇ ਦੇ ਰੂਪ ਵਿਚ ਤਿਆਰ ਕੀਤਾ ਹੋਇਆ ਉਹਦੇ ਤਹਿਤ ਪ੍ਰਧਾਨ ਮੰਤਰੀ ਮੋਦੀ ਹੋਣਾ ਦਾ ਜੋ ਇਹ ਭਾਸ਼ਣ ਹੈ ਕਹਿੰਦੇ ਕਿ ਇਹ ਵੀ ਸਕ੍ਰਿਪਟਡ ਜਿਹਾ ਹੀ ਲੱਗਿਆ ਸ਼ਸ਼ੀ ਥਰੂਰ ਹੋਣਾ ਨੇ ਕਿਹਾ ਹੁਣ ਗੱਲ ਤਾਂ ਉਹਨਾਂ ਨੇ ਅਗਲੇ ਪਾਸੇ ਹੋਰ ਜੋੜ ਦਿੱਤੀ ਆ ਉਹ ਕਹਿੰਦੇ ਰਾਕੇਸ਼ ਟਕੈਤ ਦੇ ਹੰਝੂਆਂ ਨੂੰ ਟੱਕਰ ਦੇਣ ਦੇ ਲਈ ਪ੍ਰਧਾਨ ਮੰਤਰੀ ਹੋਣਾ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਹੰਝੂ ਅਸੀਂ ਵੀ ਵਹਾ ਸਕਦੇ ਹਾਂ ਲੋਕਾਂ ਦੀ ਹਮਦਰਦੀ ਜਿੱਦਣ ਦੀ ਗੱਲ ਕੀਤੀ ਹੈ ਜਾਂ ਫਿਰ ਕੀ ਆ ਇਹ ਤਾਂ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਦੇਖੋ ਵਿਰੋਧੀ ਪਾਰਟੀਆਂ ਵੱਲੋਂ ਇਸ ਤਰ੍ਹਾਂ ਦੇ ਸਵਾਲ ਚੱਕਣੇ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੁਣ ਸਰਕਾਰਾਂ ਸਮਝਣ ਇਸ ਗੱਲ ਨੂੰ ਕਿ ਅੰਤਰਰਾਸ਼ਟਰੀ ਪੱਧਰ ਤੇ ਤੁਸੀਂ ਗੱਲ ਕਰਦੇ ਸੀਗੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੀ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਉਹਨੂੰ ਇੱਕ ਪਾਸੇ ਕਰ ਦਈਏ ਕਿਉਂਕਿ ਕਹਿੰਦੇ ਆ ਨਾ ਕਿ ਦੋਸ਼ ਆ ਸਾਰੇ ਕਰਵਾ ਰਹੇ ਆ ਕੋਈ ਫੰਡਿੰਗ ਹੋ ਰਹੀ ਆ ਕੋਈ ਜਥੇਬੰਦੀਆਂ ਆ ਕੋਈ ਝੰਡਾ ਫੜ ਕੇ ਪਾਕਿਸਤਾਨ ਵਾਲੇ ਪਾਸਿਓਂ ਕਹਿੰਦੇ ਫੋਟੋ ਵਾਇਰਲ ਕਰੀ ਜਾਂਦਾ ਇਹ ਸਾਰੀਆਂ ਵੱਖ ਵੱਖ ਗੱਲਾਂ ਪਰ ਉਹ ਤਾਂ ਅੰਤਰਰਾਸ਼ਟਰੀ ਪੱਧਰ ਤੇ ਸੀ ਤੁਹਾਡੇ 10 ਤੋਂ 15 ਮੀਟਰ ਦੀ ਦੂਰੀ ਤੇ ਬੈਠੇ ਹੀ ਵਿਰੋਧੀ ਧਿਰ ਦੇ ਨੇਤਾ ਨੇ ਇਹ ਜਿਹੜੇ ਹੁਣ ਇਹ ਗੱਲਾਂ ਕਹਿ ਰਹੇ ਆ ਇਹਦਾ ਮਤਲਬ ਕੀ ਹੈ ਕਿ ਰਾਜ ਸਭਾ ਵਿੱਚ ਬੈਠਿਆਂ ਨੂੰ ਸਾਰਾ ਕੁਛ ਪਤਾ ਲੱਗਦਾ ਕਿ ਇਹ ਭਾਈ ਘੜੀ ਚੜਾਈਆਂ ਸਾਜਕਾਂ ਆ ਇਹਦੇ ਪਿੱਛੇ ਹੋਣਾ ਕੁਛ ਨੀ ਹੁਣ ਦੇਖੋ ਸ਼ਸ਼ੀ ਥਰੂਰ ਉਹੀ ਨੇ ਜਿਨ੍ਹਾਂ ਦੇ ਉੱਪਰ ਇੱਕ ਮੁਕੱਦਮਾ ਚੱਲ ਰਿਹਾ ਕੇਸ ਦਰਜ ਕਰਵਾਇਆ ਸਰਕਾਰ ਵੱਲੋਂ ਇਹਨਾਂ ਦੇ ਨਾਲ ਇੱਕ ਪੱਤਰਕਾਰ ਵੀ ਨੇ ਇੱਕ ਵੱਡੇ ਚੈਨਲ ਦੇ ਉਹਨਾਂ ਉੱਪਰ ਵੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਇਹਨਾਂ ਦੋਹਾਂ ਨੂੰ ਗ੍ਰਿਫਤਾਰੀ ਦੇ ਉੱਪਰ ਰੋਕ ਵੀ ਲਗਾ ਦਿੱਤੀ ਹੈ ਕਿਉਂਕਿ ਅਜੇ ਤੱਕ ਕਹਿੰਦੇ ਦੋਸ਼ ਸਾਬਤ ਨਹੀਂ ਹੋਏ ਮੀਡੀਆ ਦਾ ਇੱਕ ਹਿੱਸਾ ਜਿਸਨੇ ਪਹਿਲਾਂ ਦਿੱਲੀ ਹਿੰਸਾ ਦੇ ਦੌਰਾਨ ਇੱਕ ਖਬਰ ਦਿਖਾ ਦਿੱਤੀ ਕਿ ਜਿਸ ਤਰ੍ਹਾਂ ਉਹ ਮੁੰਡੇ ਦੀ ਟਰੈਕਟਰ ਤੋਂ ਮੌਤ ਹੋਈ ਸੀ ਉਹ ਗੋਲੀ ਲੱਗਣ ਨਾਲ ਹੋਈ ਸੀ ਜਾਂ ਫਿਰ ਉਸਦੀ ਮੌਤ ਹਿੰਸਾ ਟਰੈਕਟਰ ਪਲਟ ਕੇ ਹੋਈ ਸੀ ਉਹਨੂੰ ਲੈ ਕੇ ਕਹਿੰਦੇ ਕਿ ਗਲਤ ਨਿਊਜ਼ ਦਿਖਾਈ ਉਹਦੇ ਕਰਕੇ ਹਿੰਸਾ ਫੈਲੀ ਹੈ ਚਲੋ ਇਹ ਸਾਰੀਆਂ ਗੱਲਾਂ ਜੁੜਦੀਆਂ ਪਰ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤੇ ਉਹ ਮੁੰਡੇ ਦੀ ਵੀ ਆਪਾਂ ਅੱਗੇ ਗੱਲ ਕਰਦੇ ਹਾਂ ਪਰ ਸ਼ਸ਼ੀ ਥਰੂਰ ਉਹਨਾਂ ਦਾ ਹੁਣ ਇਹ ਕਹਿਣਾ ਕਿ ਇਹ ਸਾਰਾ ਕੁਝ ਸੋਚ ਸਮਝ ਕੇ ਕੀਤਾ ਜਾ ਰਿਹਾ ਹਾਂਜੀ ਜਾਣ ਕੇ ਬਹਾਇਆ ਤਾਂ ਕਿ ਹਮਦਰਦੀ ਜਿਹੀ ਦਿੱਤੀ ਜਾ ਸਕੇ ਜੀ ਇਹ ਵੀ ਗੱਲ ਹੈ ਕਿ ਹਮਦਰਦੀ ਦੀ ਗੱਲ ਹੁੰਦੀ ਹੈ ਤੇ ਅਗਲੀ ਗੱਲ ਢੀਂਡਸਾ ਦੇ ਇਲਜ਼ਾਮਾਂ ਦੇ ਉੱਤੇ ਬੀਬੀ ਜੰਗੀਰ ਕੌਰ ਦਾ ਕੀ ਜਵਾਬ ਹੈ ਦੇਖੋ ਢੀਂਡਸਾ ਹੋਣਾ ਦੇ ਪਰਮਿੰਦਰ ਸਿੰਘ ਢੀਂਡਸਾ ਹੋਣਾ ਨੇ ਹੁਣ ਇਹ ਗੱਲ ਚੱਕੀ ਆ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਹੁਤ ਕੁਛ ਹੋ ਰਿਹਾ ਬਹੁਤ ਸਾਰੇ ਘਪਲੇ ਹੋ ਰਹੇ ਨੇ ਚਲੋ ਹੋ ਰਹੇ ਹੋਊਗੇ ਇਹ ਕੋਈ ਨਵੀਂ ਗੱਲ ਨੀ ਕਿਉਂਕਿ ਲੰਬੇ ਸਮੇਂ ਤੋਂ ਘਪਲੇ ਚੱਲਦੇ ਆਪਾਂ ਕਾਹ ਤੋਂ ਕਹਿਣਾ ਕਿ ਉੱਥੇ ਕੋਈ ਦੇਸੀ ਘੇ ਦੇ ਪੀਪਿਆਂ ਵਾਲਾ ਵੀ ਘਪਲਾ ਚੱਲਦਾ ਸਾਰਿਆਂ ਨੂੰ ਪਤਾ ਹੀ ਹੈ ਵੱਖ ਵੱਖ ਘਪਲੇ ਹੋਰ ਵੀ ਬਥੇਰੇ ਉੱਠੇ ਆ ਹੁਣ ਆ ਜੋ ਘਪਲਾ ਸੁਨੈਪ ਜੀ ਚੱਕਿਆ ਗਿਆ ਹੁਣ ਚਲੋ ਪਹਿਲਾਂ ਤਾਂ ਪਰਮਿੰਦਰ ਸਿੰਘ ਢੀਂਡਸਾ ਹੋਣਾ ਦੀ ਆਪਾਂ ਗੱਲ ਕਰਦੇ ਹਾਂ ਪਰਮਿੰਦਰ ਸਿੰਘ ਢੀਂਡਸਾ ਇੰਨੇ ਸਮੇਂ ਤੋਂ ਚੁੱਪ ਕਿਉਂ ਸੀ ਹੁਣ ਉਹ ਦੂਜੇ ਪਾਸੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਨੇ ਉਹ ਕਹਿੰਦੇ ਆ ਕਿ ਹਿਸਾਬ ਕਿਤਾਬ ਤਾਂ ਵੈਸੇ ਹਿਸਾਬ ਕਿਤਾਬ ਵਾਲਾ ਬੰਦਾ ਹੈ ਪੰਜਾਬ ਦਾ ਚੰਗਾ ਮੰਤਰੀ ਰਿਹਾ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਤੇ ਉਸ ਵੇਲੇ ਨੇੜਤਾ ਸੀ ਇਹਨੂੰ ਪਤਾ ਹੀ ਹੈ ਕਿ ਕਮੇਟੀਆਂ ਐਸ ਜੀ ਪੀ ਸੀ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ ਕਿੱਥੋਂ ਕਿੱਥੋਂ ਹੁੰਦਾ ਹੁਣ ਤਾਂ ਭਾਈ ਆਪ ਹੀ ਕਹਿਣ ਲੱਗ ਪਿਆ ਕਿ ਜੇਬ ਚੋਂ ਪਰਚੀ ਨਿਕਲਦੀ ਪਈ ਹੈ ਉਦੋਂ ਵੀ ਮੈਨੂੰ ਲੱਗਦਾ ਇਹਨੂੰ ਪਤਾ ਹੀ ਹੋਣਾ ਕਿ ਚੋਣ ਕਿਸ ਤਰ੍ਹਾਂ ਹੁੰਦੀ ਹੈ ਪਰ ਹੁਣ ਜੋ ਮਾਮਲਾ ਉਠਾਇਆ ਗਿਆ ਸਾਰਾ ਗੱਡੀ ਸਰਾਹ ਵਾਲਾ 2008 ਵਿਚ ਬਣੀ ਸੀ ਜੋ ਉਸ ਸਮੇਂ ਫਰਨੀਚਰ ਖਰੀਦਿਆ ਗਿਆ ਤੇ ਵੈਸੇ ਤਾਂ ਉਹ ਫਰਨੀਚਰ ਵੀ ਹੁਣ ਮੈਨੂੰ ਲੱਗਦਾ ਕਿ ਥੋੜਾ ਬਹੁਤਾ ਘਿਸ ਘੁਸ ਗਿਆ ਹੋਣਾ ਜਿਸ ਤਰ੍ਹਾਂ ਦੇ ਇੰਨੇ ਸਾਲ ਹੋ ਚੁੱਕੇ ਨੇ ਪਰ ਉਹ ਕਹਿੰਦੇ ਆ ਕਿ ਜੋ ਫਰਨੀਚਰ ਚੱਕਿਆ ਗਿਆ ਭਾਰਤ ਵਿਚ ਉਹਦੀ ਕੀਮਤ ਘੱਟ ਬਣਦੀ ਸੀ ਤੇ ਇਹ ਕੋਸ਼ਿਸ਼ ਕੀਤੀ ਗਈ ਹੈ ਬਾਹਰਲੇ ਦੇਸ਼ ਤੋਂ ਮੰਗਾਉਣ ਦੀ ਚੀਨ ਤੋਂ ਜਦਕਿ ਉਸਦੀ ਮਾਰਕੀਟ ਵਿਚ ਉਹਨੂੰ ਸਿਰਫ ਇੱਥੇ ਤੱਕ ਲਿਆਉਣ ਦੀ ਕੀਮਤ 19 ਲੱਖ ਰੁਪਏ ਖਰਚ ਕਰ ਦਿੱਤੀ ਗਈ ਹੈ ਇੱਕ ਬੰਦਰਗਾਹ ਤੋਂ ਅੰਮ੍ਰਿਤਸਰ ਤੱਕ ਲਿਆਉਣ ਦੇ ਲਈ ਤੇ ਦੂਸਰੇ ਪਾਸੇ ਉਹ ਕਹਿੰਦੇ ਆ ਕਿ 5,17,00,000 ਰੁਪਏ ਦੇ ਵਿਚ ਇਹ ਫਰਨੀਚਰ ਖਰੀਦਿਆ ਗਿਆ ਜਦਕਿ ਜੇਕਰ ਭਾਰਤ ਵਾਲੇ ਪਾਸੇ ਉਹ ਕਹਿੰਦੇ ਖਰੀਦੇ ਦਾ ਕੰਮ ਘੱਟ ਹੀ ਬਣਦਾ ਸੀਗਾ ਲੱਖਾਂ ਚ ਛੱਡ ਦੇਣਾ ਸੀਗਾ ਕਰੋੜਾਂ ਰੁਪਏ ਖਰਚ ਕਰਨ ਦੀ ਕੀ ਲੋੜ ਹੈ ਹੁਣ ਇਸ ਤਰ੍ਹਾਂ ਦੇ ਐਸ ਜੀ ਪੀ ਸੀ ਦੇ ਵਿਚ ਵੈਸੇ ਸੁਨੈਜ ਜੀ ਇਹ ਕੋਈ ਪਹਿਲਾ ਘਪਲਾ ਨਹੀਂ
इथो पहला भी समय समय से बहुत सारे घपले हुए है, उन्हों की कार्रवाई किथे पहुंची है, उन्होंने खिलाफ जांच कमेटियां बनिया, कमेटियां का बहुता काम तो चलो काम नूं मिट्टी करना ही हुंदा क्योंकि लंबे समय तक लटकदियां रह जांदियां ने गल्लां ते बहुती गलबात होकर निकलदी नहीं। असीं कई केस देखे आ अजे तक भी इसे तरह लटकदे पए आ। पर परमिंदर सिंह ढींसा उन्हां नूं इन्ने साल बाद यह याद क्यों आना, एक तो यह हुण अपने आप दे विच ही सवाल है। दूसरे पासे बीबी जगीर कौर उन्हां दा भी यही कहना कि भाई इन्ना चिर हो गया हुण तां फर्नीचर भी पुराना हो गया, तुहानूं हुण क्यों याद आया, इन्ना लंबा समा बीत चुके। सियासत विच कहिंदे होर भी बहुत सारे विषय ने, उहदे उपर भी गल्लां कीतियां जा सकदियां ने। मन्निया हुण तुहाडी पार्टी विच जिहड़ी भी पार्टी नाल तुसीं संबंध रखदे हो उहदे विच हुण उह आधार नहीं गया, चलो उह वखरियां गल्लां राजनीति दीआं। पर एसजीपीसी दे इस मामले ते हुण देखदे आ अगे की कारवाई होंगी, वैसे लगती नहीं बहुती इत्थे कारवाई होनी है, सवाल जवाब चलते रहने हैं, आने वाले होर दिनां च एक दो दोष लग जाने हैं ते मैनूं लगदा मामला तां अजे तक लंगर वाला भी उसे तरह चलता पिया। कड़ाह प्रसाद की जो देग उत्थे वरताई जाती है उन्हूं लैके भी कई तरह के सवाल समय समय से उठाए गए ने, देखते हैं आने वाले दिनों केड़े-केड़े कार्रवाई होंगी है केड़े-केड़े तो नहीं। पर यह मामला हुण पुराना हो चुका है, ढींसा साहब नूं पहला जे बोलदे तां वधिया सी, हुण सवाल चुके है, लगता है कि समा जो है अपने हिसाब नाल खराब करने की कोशिश है जी। अज चोण प्रचार बंद हो गया जी, स्थानक सरकारां दीआं चोणां दे बारे जी। अज चोण प्रचार हुण सिखरां ते सी, कई दिन तो ही लगे पए आ घूमण सारे, ते अज हुण चोण प्रचार बंद हो गया ते आउण वाले दिनां च वोटां पैणगियां, देखदे आ किहदा नंबर लगदा ते फुल देणे आ इन्हां ने वैलेंटाइन डे तो बाद, फुल ही देणगे जां हार भी पाउंदे आ, इह वी हुण देखण वाली गल आ किहदे किहदे गलां च पैंदे आ, इह वी देखदे आ। पर इक गल जरूर है, जिहड़ी मौजूदा पार्टी हुंदी आ उहदा आधार थोड़ा जिहा हमेशा ही मजबूत मन्निया जांदा, वख वख इलाका कोई भी होवे, भावें जिस तरह हुण श्रोमणी अकाली दल वाले जां आम आदमी पार्टी वाले कहिंदे आ ना कि साडे तां नामजदगी पत्र ही रद्द कर दिते आ, उन्हां विच जाण बुझ के गलतियां कीतियां गईयां। चलो इह सारियां गल्लां हुण चर्चा दा विशा नहीं गईयां क्योंकि अज 5 क बजे तक ही चोण प्रचार सी, ते चोण कमिशन ने भी हुण इह कहता कि कुछ क दिन तक ईवीएम मशीनां ते जिस तरह जो भी समगरी है वह पहुंचा दी जाएगी, ते चोणां सुख सुखाली नाल करवाउण दी कोशिश की जाऊगी। हालांकि मैनूं लगदा सुखनैब जी किते फिर वोटां वाले दिन एक दूजे नाल थार निकलदी नजर ना आवे। वैसे तां उम्मीद है कि उत्थे सुरक्षा दे पूरे प्रबंध होने ने, सुरक्षा दे पूरे प्रबंध तां उधरले पासे भी हुंदे आ जिथे जिथे हुण प्रचार करन जांदे सीगे पहलां 2-3 दिन तो, उत्थे भी सुरक्षा दे पूरन प्रबंध सरकार वल्लों कीते जांदे। पर पता नहीं कहिंदे किसान किधरले पासे आ जांदे आ, झंडियां दिखा दिंदे आ ते सानूं पता नहीं लगदा, सानूं तां खराब करन दी कोशिश कीती जा रही है। वैसे एक गल है कि जेकर हुण इस तरह शांतमई तरीके नाल चोणां हुंदियां तां इह वधिया गल है, जेकर इक्का दुक्का जगणां दे उपर भी घटनावां देखण नूं मिलदियां ते पंजाब सरकार दे उपर तां दोष लगणी है। पर गल सारिया ने उस अंदोलन वल जोड़ देनी है कि भाई उधरले पासों किसे ने कराया, हालांकि इह वी नहीं पता होना कि शरारती अंसर केड़ी पार्टी दा, जां फिर शरारती अंसर किसे पार्टी ने खरे तैयार कर देने आ मौके दे उपर ही, जिस तरह पिछले समय च देखिया आपां किधरले पासों निकल के आ गए हिंसा वाले दिन, कुछ नहीं पता लगा अजे तक, कई फड़े भी आ कई जेलां च आ हुण उह भी नहीं बोलदे पए, ते देखदे आ कारवाइयां सारियां हुंदियां। पर म्यूनसीपल चोणां लई प्रचार अज बंद हो चुक्या ते 14 तरीक नूं 8 बजे काम शुरू हो जाणा वोटां दा, ते मशीनां च बंद होणियां किस्मत, देखदे केहदी केहदी खुलदी आ किस्मत ते केहदी केहदी नहीं। साडे हक च फैसला किस्मत दा, जे तूं करना ए तां हुण। चोण प्रचार बंद हो गया जी, ते हुण कांग्रेस थोड़े जे दिनां दी मेहमान है, मेहमान चला गया घर से, खाली मकान रह गया, ओह गल ना हो जाए, अकाली दल वाले ताई कहंदे आ। अकाली दल वाले नूं पता नहीं है क्यों लगता, चलो चंगी गल है लगता है क्योंकि सुपने रात वेले ही देखे वधिया नहीं हुंदे, कदी कदी दिने भी देखने चाहीदे, ते पूरे भी कहंदे उही हुंदे जिहड़े दिन वेले देखे जां, रात नूं बंदा तब के उठ भी जांदा है, ते तब के बंदे बहुत होए ने इस वक्त, रात नूं उठ के वोटां दे हुण रिजल्ट भी नजर आउंदे आ, 20-22 दीआं विधान सभा चोणां आ, ओह भी नजर आउंदियां सुपने दे विच, पता नहीं केहड़े केहड़े शायद ओह मैनीफेस्टो दीआं ना लिस्टां भी हत्थ विच सामने नजर आउंदियां, भाई अच्छा आह काम रह गया ऐस वी आपां पक्का करांगे। सो लगदे आ सुपनिआं चों बाहर आउण दा समां हुण आ चुक्या। श्रोमणी अकाली दल दे प्रधान सुखबीर सिंह बादल हुणां ने हुण इह कहा आ कि लोकां ने कांग्रेस नूं नकार दित्ता, लोकां ने कांग्रेस दे जिहड़े काम कीते ही नहीं, लोक भलाई दे काम कह लो जां फिर मैनीफेस्टो दे काम जिहड़े वादे कीते अजे तक पूरे कीते नहीं, पर श्रोमणी अकाली दल दी सरकार जदों आएगी
वादे करेगी, लोगों के नाल जो जो गलबात की है वादे किए हैं उन्होंने एक एक करके पूरा करांगे। हुण देखो वैसे श्रोमणी अकाली दल ने अपने समय के दौरान एक सेवा केंद्र बनाने का काम शुरू किया, बहुत सारे जगह के उपर बने भी लोगों सहूलत मिली। तो एक सरकार अगली जो आई उन्होंने ये पता नहीं क्यों बंद कर दिता, कोई कारण भी हो सकता। वैसे दसिया तो यह भी जा रहा है कि दक्षण आले पास एक कंपनी को ठेका दिता, वो कंपनी का सारा कुछ लैके चल गई। हुण सवाल यह है इन्ने पैसे खर्च के पिछली सरकार ने वह सेवा केंद्र बनाए ते इस सरकार ने बंद किए, बंद करके बिचो कुछ कुछ चलाए, पर मैम जी अजे भी कई पिंडा में तुसी देख सकते हो उत्थे समान उस तरह गलदा सड़दा पिया, वड्डे वड्डे जनरेटर लगाए गए आ, अंदर कैबना का खर्च आया, उत्थे एसी फिट किए सी वो इसे तरह ही सड़ के गए, हुण बिचो फायदा कौन लै गया किते, क्योंकि सरकार ने आधार तक काम नहीं करता, इतने आधार तक कोई टिकट नहीं दिता। बस वाला उन्होंने कहूंगे ना भाजी मैं अब तुरना जलंधर तो जाना भोपाल से तुम मैं थोड़ी जी टिकट कल पैसे दू, अगला कहता क्यों भाई अगली बस चाह जाओ उतर जाओ। हुण इतने भी यही मामला कि इन्होंने यह क्या होगा तुम अद्धा काम कर दो पैसे असं अगली बारी दे देंगे, यदा मतलब पैसे पूरे गए हैं कंपनी को, कंपनी किधर गई थे, कंपनी तो चल गई पैसे लैके, पर इतने काम क्यों रोक दिता गया। हुण बहुत सारे सेवा केंद्रों लैके गल्लां ये भी चलिया सन। हुण जेकर एक बार फिर तो श्रोमणी अकाली दल की सरकार आउंदी है उन्होंने यह वादा किया पहला कि आप सारा कुछ द्वारा चालू करांगे, चलो ये होर गल पास चल जानी है। हुण देखो श्रोमणी अकाली दल ने कहिंदे अपने असीं विकास के मूह नूं वोट लवांगे, जो विकास असीं कीता जो असीं विकास करना है, पर मौजूदा समय विच कांग्रेस पार्टी तो लोग अट चुके हैं क्योंकि इन्होंने हमेशा ही लारे लगाउण दा काम कीता। तुसी नौकरियां दसो कहिंदे कित्थे दित्तियां, तुसी विकास कहिंदे आ ओह दिखाओ कित्थे कीता, कागजी विकास जरूर कीता, खजाना कहिंदे ताडा खाली है, सरकारां नूं पल्ले की है कुछ भी नहीं गा, मंत्री आप विच रुसे पए आ, मुख्यमंत्री होणा कोल समां नहीं गा, अपने विधायकां नूं मिलदा ओह कहिंदे साडे वारी तां आपां, चलो सुखबीर बादल होणा दी इक गल है, वैसे हौसला जिहा वधिया दिंदे हुंदे सी कि ट्राली आउणी आ भर के जिन्ना जो जो जिन जिन लाउणा ला लिओ, पर उन्ने नाल ही बंदा खुश हो जांदा सी, इदां नहीं कि हुण खजाना खाली है सारा। देखदे आं की बनता अगे आने वाले समय च, पर कहते हैं कि कांग्रेस हुण 7 महीनों की सरकार रह गई है, असीं आवांगे क्योंकि लोगों ने सानू ही चुनना, सानू पता है, दावा किया सुखबीर सिंह बादल हुणा ने। कुछ दिन होर है मेहमान तेरे दोस्त है फिर तेन आखिरी सलाम मेरे दोस्त, शायद यह स्थिति बनती है पता नहीं की देखने पर। सुप्रीम कोर्ट ने जिहड़ी कमेटी बनाई सी जी उहदा की बनिया? सुप्रीम कोर्ट ने एक कमेटी बनाई, उहदे विच कहिंदे आ कि 8 सूबिआं दीआं 12 किसान जथेबंदियां नाल खेती कानूनां बारे चर्चा कीती आ। हुण देखो इह सूबे पहलां किहड़े ने आपां इह दी गल कर लैंदे, आंध्रा प्रदेश, जम्मू कश्मीर, मध्य प्रदेश, बिहार, राजस्थान, तेलंगाना ते उत्तर प्रदेश ते नाल इक पछमी बंगाल भी आ। हुण एक दो सूबे होर ने। हुण देखो इहदे विच मुख जिहड़े किसान जो सड़कां ते बैठे हुए किहड़े सूबिआं दे सारे नूं पता ਇਹ ਉਹ ਸੂਬੇ ਆ। ਹੁਣ ਇਹ ਕਮੇਟੀਆਂ ਕਿਹੜੇ ਜਥੇਬੰਦੀਆਂ ਦੇ ਨਾਲ ਗੱਲ ਕੀਤੀ, ਅਜੇ ਤੱਕ ਇਹਦਾ ਸਪਸ਼ਟ ਸਾਰਾ ਕੁਝ ਬਾਹਰ ਨਹੀਂ ਆਇਆ, ਪਰ ਜੇਕਰ ਇੰਨੀ ਕੁ ਗੱਲ ਕੀਤੀ ਜਾਵੇ, ਹੁਣ ਸੁਪਰੀਮ ਕੋਰਟ ਨੇ ਵੱਖ ਵੱਖ ਕਮੇਟੀਆਂ ਦੀ ਪਹਿਲਾਂ ਵੀ ਕਮੇਟੀ ਬਣਾਈ ਸੀ, ਉੱਥੇ 4 ਬੰਦੇ ਵਿਚੋਂ 3 ਰਹਿ ਗਿਆ, 13 ਜਿਸ ਤਰ੍ਹਾਂ ਲੱਗਿਆ ਆਪਾਂ ਸਾਰਿਆਂ ਨੇ ਦੇਖਿਆ ਤੇ ਬੰਦੇ ਬਾਅਦ ਚ 2 ਰਹਿ ਗਏ, ਤੀਜੇ ਨੇ ਕੰਮ ਕਹਿੰਦਾ ਮੈਂ ਕਰੂੰਗਾ ਪਰ ਪਤਾ ਨਹੀਂ ਉਹਨੇ ਕੀਤਾ ਕਿ ਨਹੀਂ ਕੀਤਾ। ਹੁਣ ਚਲੋ ਇੱਕ ਪਾਸੇ ਫਿਰ ਗੱਲ ਕਰਨੀ ਦੁਆਰਾ ਸ਼ੁਰੂ ਕੀਤੀ ਹੈ, ਬਿਹਾਰ ਦੇ ਵਿਚ ਕਿਹੜੇ ਕਿਸਾਨਾਂ ਨਾਲ ਗੱਲ ਕਰਨਗੇ, ਕਿਹੜੇ ਸੰਗਠਨਾਂ ਨਾਲ, ਕਿਉਂਕਿ ਬਿਹਾਰ ਵਿਚ ਜੇਕਰ ਹਾਲਾਤ ਸਾਰੇ ਠੀਕ ਹੁੰਦੇ ਤਾਂ ਇੰਨੀ ਜ਼ਮੀਨ ਦੇ ਮਾਲਕ ਇਧਰਲੇ ਪਾਸੇ ਆ ਕੇ ਕੰਮ ਕਿਉਂ ਕਰਦੇ? ਹੁਣ ਅਸੀਂ ਦੇਖਿਆ ਰੇਹੜੀਆਂ ਲਗਾਉਣ ਲਗਾਉਂਦੇ ਆ, ਚਲੋ ਉਹ ਕੀਤਾ ਕੰਮ, ਹਰ ਇੱਕ ਸਿਰ ਮੱਥੇ ਆ, ਸਾਡਾ ਅੰਨ ਪਾਣੀ ਬਣਦਾ, ਰੋਟੀ ਮਿਲਦੀ ਆ, ਪਰਿਵਾਰ ਪਲਦਾ, ਪਰ ਇੰਨੀ ਜ਼ਮੀਨ ਹੋਣ ਦੇ ਬਾਵਜੂਦ ਵੀ ਇਧਰਲੇ ਪਾਸੇ ਆ ਕੇ ਉਹਨਾਂ ਨੂੰ ਇਹ ਕੰਮ ਕਰਨੇ ਪੈ ਰਹੇ ਆ, ਇਹਦਾ ਮਤਲਬ ਕਿ ਕਿਤੇ ਨਾ ਕਿਤੇ ਖਰਾਬੀ ਹੈਗੀ ਆ। 2006 ਦੇ ਵਿਚ ਇੱਕ ਪ੍ਰੈਕਟੀਕਲ ਕਰਕੇ ਦੇਖਿਆ ਸਰਕਾਰ ਨੇ ਤੇ ਉਹ ਪ੍ਰੈਕਟੀਕਲ ਉਸ ਸੂਬੇ ਵਿਚ ਫੇਲ ਹੋ ਚੁੱਕਿਆ। ਹੁਣ ਉਸੇ ਤਰ੍ਹਾਂ ਦੇ ਪ੍ਰੈਕਟੀਕਲ ਵੱਖ ਵੱਖ ਸੂਬਿਆਂ ਵਿਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਇਸੇ ਕਰਕੇ ਹੁਣ ਅੰਦੋਲਨ ਵੱਧਦਾ ਜਾ ਰਿਹਾ ਕਿਉਂਕਿ ਨਸਲਾਂ ਤੇ ਫਸਲਾਂ ਖਤਮ ਹੋਣ ਦੀ ਸੰਭਾਵਨਾ। ਹੁਣ ਜੰਮੂ ਕਸ਼ਮੀਰ ਵਾਲੇ ਪਾਸੇ ਤਾਂ 1.5 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ, ਲੋਕਾਂ ਨੂੰ ਅਜੇ ਤੱਕ ਲੋਕਾਂ ਨੇ ਖੁੱਲ੍ਹ ਕੇ ਸਾਹ ਨਹੀਂ ਲਿਆ। ਅਸੀਂ ਪਿਛਲੇ 1.5 ਹਫ਼ਤਾ ਪਹਿਲਾਂ ਗੱਲ ਕੀਤੀ ਹੈ ਕਿ ਉਧਰਲੇ ਪਾਸੇ ਇੰਟਰਨੈਟ ਸੇਵਾਵਾਂ 4G ਹੁਣ ਬਹਾਲ ਕੀਤੀਆਂ ਗਈਆਂ। ਇਹਦਾ ਮਤਲਬ ਲੋਕਾਂ ਨੇ ਅਜੇ ਤੱਕ ਆਪਣੇ ਰਿਸ਼ਤੇਦਾਰਾਂ ਦੇ ਪਰਿਵਾਰਾਂ ਦੇ ਚਿਹਰੇ ਨਹੀਂ ਦੇਖੇ ਹੋਣੇ, ਜਿਹੜੇ ਆਪਾਂ ਵੀਡੀਓ ਕਾਲ ਇੱਕ ਦਿਨ ਚ 10-10 ਵਾਰੀ ਵੀ ਕਿਸੇ ਆਪਣੇ ਰਿਸ਼ਤੇਦਾਰ ਖਾਸ ਹੁੰਦੇ ਆ, ਮਾਮੇ ਭੂਆ ਮਾਸੀਆਂ ਨਾਲ ਕਰ ਲੈਂਦੇ ਆ, ਤੇ ਉਧਰਲੇ ਪਾਸੇ ਦਾ ਕੀ ਹੋਣੇ,
उधरले पासे संगठन केड़े केड़ी खेती करते हैं, किस तरह की खेती होंगी है। मुख्य फसल तो पंजाब दे विच भी दो ही है जिन्हां MSP सही दे उपर कहण दा दावा करते पे आ। मुख फसल दो आ, हुण ए दो फसल बिहार आले पासे तो बहुतियां होंदियां ने, जम्मू कश्मीर तो होंदियां ने, मध्य प्रदेश कुछ होंदियां आ, राजस्थान विच बहुती नहीं होंदी, तेलंगाना नवा बनिया उधरले पासे भी बहुता नहीं हुंदा है, कुछ पश्चिमी बंगाल च चौल जरूर हुंदे ने। पर हुण सवाल यह है कि यह मीटिंगा केड़िया जथेबंदियां किते पिछली वारी भी कुछ जथेबंदियां सामने लिया बाद पता लगा सी जथेबंदियां केड़िया ने किना दियां तैयार कीतियां हुई ने। सो इस बार हुण यह असल जथेबंदियां ने जां फिर वह सूबे जिन्हां विच जरूरत है उत्थे दे किसानां नाल गलबात हुई, जेकर हुई है तो सारे किसान जथेबंदियां तां 48 दे तकरीबन जिहड़ियां हुण 40 रह गईआं विचों उह तां सिंधू बॉर्डर ते बैठियां, चिकड़ी बॉर्डर ते आ, गाजीपुर आले पासे आ, इन्हां नाल गलबात हुई, संयुक्त मोर्चे दे किसे बंदे नाल गलबात हुई, यह हुण आउण वाले दिनां च पता लगूगा। पर इस तरह दियां हुण जेकर कमेटी ने गल्लां कीतियां इहदी रिपोर्ट भी देखदे आं आपां की सौंपदे आ, क्योंकि सुप्रीम कोर्ट ने कहा सी कि 2 हफ्ते 3 हफ्ते दे विच रिपोर्ट दित्ती जावे, देखदे आं रिपोर्ट विच हुण की कहा गया ते कल इस संयुक्त मोर्चे का भी की जवाब आउंदा इहदे उपर, आपां उह भी देखांगे कि गल उहनां नाल सचमुच होई है जां नहीं होई। जी असल किसानां दा गणू होई है जी, दूजे हुंदे ना सियासी किसान जथेबंदियां अपने आले कोले भी हैगियां सरकारी। भीमा कोरेगांव मामला फिकर फिर जिस तरह जी जी प्राइवेट किसान जथेबंदियां हुंदियां होणियां जिस तरह निजी कारपोरेट घराणे हुण आ के इत्थे सारे अपने बिल्डिंगां खड़ियां करन नूं फिरदे, उसे तरह हुण किसान रातों रात जथेबंदी बन जांदी, सुखनैल जी इन्ना समां होर ही लगदा इत्थे दा पिंड विच किसे ने कोई कहता भाजी मेरी कमेटी अगला कहूगा साडी भी तां कमेटी हैगी आ, रातों रात इत्थे कहिड़ा पता लगदा कुछ भी, दस्तखत होणे आ सारिआं नूं पता किद्दां हुंदे आ, उह बंदिआं दा सहयोग लैणा, अगले इक फोन करदे आ मंत्री संतरी किसे दा भाजी पीए तों भी कराउंदे कदी वेले तां असां दी घुग्गी मारिओ जी कहिंदे, घुग्गी मारन दा काम हुंदा सवेरे बन जांदी है जथेबंदी दा की बनाउणा। सो देखदे आ हुण इह प्राइवेट जथेबंदियां जां फिर सरकारी है, इह संयुक्त मोर्चा आप ही दस्सूगा ज्यादा वधिया। जी गल तां इही है, ਭੀਮਾ ਕੋਰੇਗਾਂ ਮਾਮਲੇ ਦੀ ਆਪਾਂ ਗੱਲ ਕਰਨ ਲੱਗੇ ਸੀਗੇ, ਫੇਰ ਚਰਚਾ ਚ ਖਾਸੀਅਤ ਕੀ ਹੈ ਇਸ ਬਾਰੇ ਦੀ? ਦੇਖੋ ਇਹ ਮਾਮਲਾ ਕਾਫੀ ਚਰਚਾ ਵਿਚ ਹੈ 2017 ਤੋਂ ਦਸੰਬਰ ਮਹੀਨੇ ਤੋਂ, ਹੁਣ ਇਕ ਵਾਰ ਫਿਰ ਤੋਂ ਚਰਚਾ ਇਸ ਕਰਕੇ ਹੋਈ ਹੈ ਕਿ ਰੋਨਾ ਵਿਲਸਨ ਜਿਹੜੇ ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ, ਉਹਨਾਂ ਦੇ ਵਕੀਲ ਨੇ ਹੁਣ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਇਕ ਲੈਪਟਾਪ ਇਹਨਾਂ ਦਾ ਸੀ, ਉਹ ਕਹਿੰਦੇ ਆ ਕਿ एक कंपनी अमरीका की कंपनी फोरेंसिस जेड़े है उन्होंने ये जांच की है कि रोना विल्सन होना दे लैपटॉप के नाल छेड़खानी की है, इना दे लैपटॉप विच इना दी बिना इजाजत तो कुछ फाइलां रखी गई। हुण इत्थे तक तां एक गल हो गई है, दूजी गल है कि मामला 2017 दा एल्गर परिषद ने महाराष्ट्र विच दलित महार रेजिमेंट वालों पेशवाजी फौज ਨੂੰ ਹਰਾਉਣ ਦੇ ਸਬੰਧ ਵਿਚ 200 ਸਾਲ ਪੂਰੇ ਹੋਣੇ ਸੀ ਤੇ ਉਦੋਂ ਇੱਕ ਸਮਾਗਮ ਕੀਤਾ ਸੀ, ਦੇਸ਼ ਭਰ ਤੋਂ ਬਹੁਤ ਸਾਰੇ ਕਲਾਕਾਰ ਉੱਥੇ ਪਹੁੰਚੇ, ਸਮਾਜਿਕ ਖੇਤਰ ਨਾਲ ਸੰਬੰਧਿਤ ਵੱਖ ਵੱਖ ਜਥੇਬੰਦੀਆਂ ਦੇ ਲੋਕ ਪਹੁੰਚੇ, ਸਮਾਜ ਸੇਵੀ ਸੰਸਥਾਵਾਂ ਦੇ ਕੁਝ ਆਗੂ ਪਹੁੰਚੇ। ਹੋਇਆ ਕਿ ਉਸ ਦਿਨ ਉੱਥੇ ਹਿੰਸਾ ਵਾਪਰਦੀ ਹੈ ਤੇ ਹਿੰਸਾ ਵਾਪਰਨ ਤੋਂ ਬਾਅਦ ਕੁਝ ਗ੍ਰਿਫ਼ਤਾਰੀਆਂ ਹੁੰਦੀਆਂ। ਹੁਣ ਦੱਸਿਆ ਇਹ ਜਾ ਰਿਹਾ ਕਿ ਉਸੇ ਹਿੰਸਾ ਵਾਪਰਨ ਦੇ 2 ਤੋਂ 3 ਮਹੀਨੇ ਬਾਅਦ ਜਦੋਂ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਹੈ, ਮਹਾਰਾਸ਼ਟਰ ਪੁਲਿਸ ਦਾ ਖਾਸ ਰੋਲ ਰਹਿੰਦਾ ਤੇ ਉਹ ਕਹਿੰਦੇ ਆ ਇਹਨੂੰ ਸਿਆਸੀ ਰੰਗਤ ਬਣਾਉਣ ਦੀ ਕੋਸ਼ਿਸ਼ ਕਰਦੀ ਸੀ ਉਸੇ ਸਮੇਂ, ਉਹ ਕਹਿੰਦੇ ਕਿ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਹੋਰਾਂ ਨੂੰ ਲੈ ਕੇ ਕੁਝ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਕੁਝ ਉੱਥੇ ਪਹੁੰਚੀਆਂ ਹੋਈਆਂ ਜਥੇਬੰਦੀਆਂ ਵੱਲੋਂ, ਕੁਝ ਬੁੱਧੀਜੀਵੀਆਂ ਵੱਲੋਂ ਜਾਂ ਹੋਰ ਵੀ ਬਹੁਤ ਸਾਰੇ ਸਮਾਜਿਕ, ਕਿਉਂਕਿ ਉਹ ਇੱਕ ਸਮਾਗਮ ਜਿਹੜਾ ਸੀ ਉਹਦੇ ਵਿਚ ਵੱਖ ਵੱਖ ਜ਼ਿਆਦਾਤਰ ਸਮਾਜਿਕ ਕਾਰਕੁਨ ਹੀ ਉਹਦੇ ਵਿਚ ਮੌਜੂਦ ਸਨ। ਹੁਣ ਹੋਇਆ ਕੀ ਆ, ਮਹਾਰਾਸ਼ਟਰ ਪੁਲਿਸ ਨੇ ਉਦੋਂ ਇਹ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਹੋਣਾ ਦੇ ਖਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ, ਪਰ ਰੋਲਾ ਵਿੰਸਲ ਦੇ ਨਾਲ ਨਾਲ ਜਦੋਂ ਬਹੁਤ ਸਾਰੇ ਲੋਕ ਸੁਰਿੰਦਰ ਗੈਲ ਸੀਗੇ, ਸੋਮਾ ਸੇਨ ਸੀ, ਸੁਧੀਰ ਧਾਵਲੇ ਸੀ, ਮਹੇਸ਼ ਰਾਓ ਸੀ, ਹੋਰ ਵੀ ਬਹੁਤ ਸਾਰੇ ਲੋਕ ਸੀਗੇ, ਤੇਲਗੂ ਕਵੀ 80 ਸਾਲਾਂ ਦੇ ਵਰਵਰਾ ਰਾਓ ਆ ਉਹ ਵੀ ਸੀਗੇ, ਅਰੁਣ ਪਰੇਰਾ ਸੀਗੇ, ਸੁਧਾ ਭਾਰਦਵਾਜ, ਇਹ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਹਨਾਂ ਵਿਚੋਂ ਅਜੇ ਵੀ ਕੁਝ ਲੋਕ ਹਿਰਾਸਤ ਵਿਚ ਹੀ ਨੇ, ਉਮਰ ਦਾ ਤਕਾਜ਼ਾ ਵੀ ਨਹੀਂ ਦੇਖਿਆ ਜਾਂਦਾ ਤੇ ਉਹਨਾਂ ਦੇ ਸਬੂਤ ਅਜੇ ਤੱਕ ਦੋਸ਼ ਅਜੇ ਤੱਕ ਪੂਰੀ ਤਰ੍ਹਾਂ ਸਾਬਤ ਵੀ ਨਹੀਂ ਹੋਏ, ਇਸ ਕਰਕੇ ਜੇਲ੍ਹ ਵਿਚ ਵੀ ਨੇ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਰੋਨਾ ਵਿਲਸਨ ਦੇ ਵਕੀਲ ਨੇ ਇਹ ਗੱਲ ਕਹਿਤੀ ਆ ਕਿ ਲੈਪਟਾਪ ਦੇ ਨਾਲ ਛੇੜਖਾਨੀ ਹੋਈ ਹੈ, ਹਾਲਾਂਕਿ ਛੇੜਖਾਨੀ ਹੋਈ ਹੈ ਜਾਂ ਨਹੀਂ ਹੋਈ ਅਸੀਂ ਇਹ ਦਾਅਵਾ ਨਹੀਂ ਕਰਦੇ, ਪੁਸ਼ਟੀ ਨਹੀਂ ਕਰਦੇ, ਕਿਉਂਕਿ ਅਮਰੀਕਾ ਦੀ ਇੱਕ ਉਹ ਸੰਸਥਾ ਜੋ ਇਸ ਇਹਨਾਂ ਕੇਸਾਂ ਦੀ ਮਾਰ ਹੈ
वर्ल्ड के वड्डे वड्डे केस जदों फोरेंसिक साइंस के ऑनलाइन ठगियां दे जां फिर किसी तरह की छेड़खानी लैपटॉप दी खासकर जां उहदे विच हार्ड डिस्क हुंदी है उहदे नाल ठगियां हुंदियां ते अमरीका की वह कंपनी वड्डे पद्धर से जांच करती है। हुण उस कंपनी ने एक इंटरव्यू दौरान यह गल कही है कि यह पहली बार देखिया मैं इस तरह का केस कि इन्ने वड्डे पद्धर से धोखाधड़ी की गई होवे किसी के लैपटॉप विच बिना इजाजत तो समान रखिया होवे। हुण जदों लैपटॉप फड़िया जांदा ते उहदे विचों हार्ड डिस्क भी कढ ली जांदी है ते होर भी उहदे स्पेयर पार्ट जिहड़े पुलिस नूं जांच लई चाहीदे सी जिस तरह मैमरी हुंदी है उह कढ ली जांदी है। पर उस तों बाद हुण छेड़खानी हुई है जां पहलां हुई है इह कोई साइबर हमले दे विच होया जां बाद विच कुछ पुरजे बदले गए है इह सारा कुछ हुण जांच दा विशा बन चुक्या। वड्डे पद्धर ते सवाल इह उठदा कि जेकर इस तरह होया ਤਾਂ ਫਿਰ ਉਹ ਲੋਕ ਜਿਹੜੇ ਨੇ ਉਹ ਨਿਰਦੋਸ਼ ਨੇ ਜਾਂ ਜੇਲ੍ਹ ਵਿਚ ਰੱਖੇ ਹੋਏ ਨੇ। ਜੇਕਰ ਦੋਸ਼ ਸਾਬਤ ਹੁੰਦਾ ਤੇ ਮਹਾਰਾਸ਼ਟਰ ਪੁਲਿਸ ਦੇ ਉੱਪਰ ਇੱਕ ਵਾਰ ਫਿਰ ਤੋਂ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਇਹਦਾ ਫੈਸਲਾ ਜਲਦੀ ਤੋਂ ਜਲਦੀ ਕੀਤਾ ਜਾਵੇ ਕਿਉਂਕਿ ਲੈਪਟਾਪ ਵਾਲੀ ਗੱਲ ਜਿਹੜੀ ਆ ਹੁਣ ਨਵੇਂ ਰੂਪ ਦੇ ਵਿਚ ਉਭਰਨਾ ਇਹ ਦੱਸਿਆ ਕਿ ਇਸ ਮਾਮਲੇ ਵਿਚ ਸੁਖਨੈਬ ਜੀ ਕਿਤੇ ਨਾ ਕਿਤੇ ਛੇੜਖਾਨੀ ਦੂਰ ਹੋਈ ਹੈ। ਮਾਮਲਾ ਜਾਤੀਵਾਦੀ ਦਾ ਵੀ ਲੱਗਦਾ ਕਿਉਂਕਿ ਇੱਕ ਵਿਸ਼ੇਸ਼ ਵਰਗ ਨਾਲ ਸਬੰਧਤ ਹੋਣ ਕਰਕੇ ਇੱਕ ਏਜੰਡੇ ਦੇ ਤਹਿਤ ਇਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਬਹੁਤ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਤੇ ਦੂਸਰੇ ਪਾਸੇ ਇਹ ਚਰਚਾ ਬਹੁਤ ਚੱਲੀ ਹੈ ਤੇ ਇਸ ਕਰਕੇ ਹੁਣ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜੀ ਹੋਈ ਹੈ। ਪਰ ਮਹਾਰਾਸ਼ਟਰ ਪੁਲਿਸ ਨੂੰ ਹੁਣ ਇਹਨਾਂ ਸਾਰੇ ਖੜੇ ਹੋਏ ਸਵਾਲਾਂ ਦਾ ਉੱਤਰ ਦੇਣਾ ਚਾਹੀਦਾ, ਲੋਕਾਂ ਚ ਸੱਚ ਸਾਹਮਣੇ ਲਿਆਉਣਾ ਚਾਹੀਦਾ ਕਿਉਂਕਿ 83, 83, 85, 85 ਸਾਲਾਂ ਦੇ ਲੋਕ ਇਸ ਵੇਲੇ ਬੁੱਧੀਜੀਵੀ ਜੇਲ੍ਹ ਵਿਚ ਬੰਦ ਨੇ। ਉਹਨਾਂ ਦੇ ਖਿਲਾਫ ਜੇਕਰ ਸਬੂਤ ਹੈ ਨੀ ਗਾ ਤੇ ਸਰਕਾਰ ਦੇ ਉੱਪਰ ਤੇ ਮਹਾਰਾਸ਼ਟਰ ਸਰਕਾਰ ਤੇ ਮਹਾਰਾਸ਼ਟਰ ਪੁਲਿਸ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਸਕਦੇ ਨੇ ਕਿ ਭਾਈ ਆਹ ਨਵੀਂ ਚਰਚਾ ਜਿਹੜੀ ਸ਼ੁਰੂ ਹੋਈ ਹੈ ਕੁਛ ਨਾ ਕੁਛ ਦੱਸੋ ਇਹ ਹੋ ਰਿਹਾ ਕਿਸੇ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਨੂੰ ਕਰਵਾਇਆ ਜਾ ਰਿਹਾ ਜਾਂ ਫਿਰ ਕੀ ਸੱਚ ਹੈ ਉਹ ਸਾਹਮਣੇ ਲਿਆਂਦਾ ਜਾਵੇ। ਜੀ ਸੰਜੇ ਸਿੰਘ ਨੇ ਰਾਜ ਸਭਾ ਚ ਕਹੀਆਂ ਕੁਛ ਵੱਡੀਆਂ ਗੱਲਾਂ ਤੇ ਨਾਲ ਹੀ ਗੱਲ ਕਰੀਏ ਸੁਪਰੀਮ ਕੋਰਟ ਨੇ ਇਕ ਹੋਰ ਕਮੇਟੀ ਬਣਾਈ ਉਹਦੀ ਗੱਲ ਆਪਾਂ ਕਰਦੇ ਹਾਂ। ਮਲਕਰਜਨ ਖੜਗੇ ਕੀ ਕਹਿ ਰਿਹਾ ਰਾਜ ਸਭਾ ਦੇ ਵਿਚ ਉਹਦਾ ਵੀ ਜ਼ਿਕਰ ਹੋਊਗਾ ਤੇ ਨੌਦੀਪ ਕੌਰ ਜਿਹੜੀ ਕੁੜੀ ਆ ਮੁਕਤਸਰ ਦੀ ਉਹਦੀ ਗੱਲ ਵੀ ਕਰਾਂਗੇ ਉਹਦੀ ਜ਼ਮਾਨਤ ਹੋ ਗਈ ਰਿਹਾਈ ਕਿਉਂ ਨਹੀਂ ਹੋ ਰਹੀ ਤੇ ਪਰ ਬ੍ਰੇਕ ਲੈ ਲਈਏ ਜੀ ਬ੍ਰੇਕ ਤੋਂ ਬਾਅਦ ਇਕ ਵਾਰ ਫੇਰ ਗੱਡੀ ਗੇਅਰ ਚ ਤੇ ਜੀ ਜਿਹੜਾ ਪਹਿਲਾਂ ਨਿਊਜ਼ੀਲੈਂਡ ਨੇ ਤੇ ਬਾਅਦ ਵਿਚ ਅਮਰੀਕਾ ਨੇ ਮਿਆਂਮਾਰ ਦੇ ਉੱਤੇ ਪਾਬੰਦੀਆਂ ਲਾਈਆਂ ਜੀ ਕੋਈ ਜੀ ਜਿਸ ਤਰ੍ਹਾਂ ਦੇ ਮਿਆਂਮਾਰ ਵਿਚ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਹੁਣ ਵੱਖ ਵੱਖ ਦੇਸ਼ਾਂ ਵੱਲੋਂ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਕਿਤੇ ਲੋਕਤੰਤਰ ਉੱਥੇ ਸੱਚਮੁੱਚ ਹੀ ਖਤਮ ਨਾ ਕਰ ਦਿੱਤਾ ਜਾਵੇ। ਹਾਲਾਂਕਿ ਬਹੁਤ ਹੱਦ ਤੱਕ ਤਾਂ ਖਤਮ ਕਰ ਦਿੱਤਾ ਗਿਆ ਆ ਕਿਉਂਕਿ ਲੰਬੇ ਸਮੇਂ ਤੋਂ ਉੱਥੇ ਅਧਿਕਾਰ ਆਰਮੀ ਦੇ ਰਿਹਾ ਜਿਸ ਤਰ੍ਹਾਂ ਹੁਣ ਵੀ ਇਕ ਵਾਰ ਫਿਰ ਤੋਂ ਚੋਣਾਂ ਹੋਈਆਂ ਤੇ ਉਹਨਾਂ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਇਕ ਪਾਰਟੀ ਨੇ ਉਸ ਪਾਰਟੀ ਤੇ ਇਹ ਦੋਸ਼ ਲੱਗਦਾ ਰਿਹਾ ਕਿ ਇਹਨਾਂ ਵੀ ਚੋਣਾਂ ਧੋਖੇ ਨਾਲ ਦਿੱਤੀਆਂ। ਅਮਰੀਕਾ ਵਾਲੇ ਪਾਸੇ ਹੁਣ ਆਵਾਜ਼ ਉੱਠੀ ਹੈ ਚੱਲ ਨਿਊਜ਼ੀਲੈਂਡ ਨੇ ਕੁਛ ਵਪਾਰਕ ਆਰਥਿਕ ਤੌਰ ਤੇ ਪਾਬੰਦੀਆਂ ਲਗਾਈਆਂ ਤੇ ਹੁਣ ਅਮਰੀਕਾ ਨੇ ਵੀ ਪਾਬੰਦੀਆਂ ਲਗਾ ਦਿੱਤੀਆਂ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਹੋਣਾ ਦਾ ਹੁਣ ਕਹਿਣਾ ਕਿ ਫੌਜੀ ਅਧਿਕਾਰੀਆਂ ਦੇ ਉੱਪਰ ਪਾਬੰਦੀ ਲਗਾਈ ਜਾ ਰਹੀ ਹੈ। ਆਉਣ ਵਾਲੇ ਦਿਨਾਂ ਦੇ ਦੌਰਾਨ ਇਹ ਪਾਬੰਦੀਆਂ ਵਧਾਈਆਂ ਵੀ ਜਾ ਸਕਦੀਆਂ। ਆਰਥਿਕ ਮਦਦ ਵੀ ਕੀਤੀ ਜਾਂਦੀ ਹੈ ਇਧਰਲੇ ਪਾਸਿਓਂ ਕਿਉਂਕਿ ਬਹੁਤ ਸਾਰੇ $1 ਅਰਬ ਦਾ ਫੰਡ ਫੌਜੀ ਜਨਰਲ ਦੀ ਗਲਤ ਤਰੀਕੇ ਨਾਲ ਪਹੁੰਚਣ ਤੋਂ ਰੋਕਿਆ ਗਿਆ ਕਿਸ ਤਰ੍ਹਾਂ ਇਹ ਸਭ ਨੂੰ ਪਤਾ ਉੱਥੇ ਕਿਸ ਤਰ੍ਹਾਂ ਹਾਲਾਤ ਬਣੇ। ਦੇਖੋ ਇੱਕ ਗੱਲ ਹੋਰ ਜੁੜਦੀ ਹੈ ਇੱਥੇ ਕਿ ਮਿਆਂਮਾਰ ਵਿਚ ਹੁਣ ਜੋ ਕੁਛ ਵੀ ਸੁਖਨੈਬੀ ਵਾਪਰ ਰਿਹਾ ਲੋਕ ਚਾਹੁੰਦੇ ਨੇ ਲੋਕਤੰਤਰ ਲੋਕ ਚਾਹੁੰਦੇ ਨੇ ਕਿ ਸਰਕਾਰ ਉਹਨਾਂ ਵੱਲੋਂ ਜੋ ਹੁਣ ਜਿਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਉਹਨਾਂ ਨੂੰ ਛੱਡਿਆ ਜਾਵੇ ਕਿਉਂਕਿ ਆਮ ਸਾਨ ਨੂੰ ਹੁਣ ਜੇਕਰ ਛੱਡਣ ਦੀ ਗੱਲ ਕੀਤੀ ਜਾ ਰਹੀ ਹੈ ਇਹਦਾ ਮਤਲਬ ਲੋਕ ਉਹਨਾਂ ਦੇ ਹੱਕ ਵਿਚ ਆ। ਜਿਸ ਤਰ੍ਹਾਂ ਆਰਮੀ ਵੱਲੋਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਵੀ ਲੋਕ ਸੜਕਾਂ ਤੇ ਉਤਰੇ ਆ ਇਹਦਾ ਮਤਲਬ ਕਿ ਲੋਕ ਸਰਕਾਰ ਨੂੰ ਚਾਹੁੰਦੇ ਆ ਸਰਕਾਰ ਵਧੀਆ ਕੰਮ ਕਰ ਰਹੀ ਹੈ। ਸ਼ਾਇਦ ਜਿਸ ਤਰ੍ਹਾਂ ਇੱਕ ਦੇਸ਼ ਤਾਨਾਸ਼ਾਹੀ ਰੂਪ ਅਪਣਾ ਰਿਹਾ ਉਤੋਂ ਇਹ ਲੱਗਦਾ ਕਿ ਇਹ ਚਾਹੁੰਦੇ ਨੀ ਕਿ ਉੱਥੇ ਲੋਕਤੰਤਰ ਕਾਇਮ ਰਹੇ ਕਿਉਂਕਿ ਆਮ ਸਾਨ ਦੇ ਪਿਤਾ ਨੇ ਜਦੋਂ ਸ਼ੁਰੂਆਤੀ ਦੌਰ ਵਿਚ ਜਿਨ੍ਹਾਂ ਨੂੰ ਫਾਦਰ ਆਫ ਨੇਸ਼ਨ ਮਿਆਂਮਾਰ ਵਿਚ ਵੀ ਕਿਹਾ ਜਾਂਦਾ ਉਹਨਾਂ ਨੇ ਬਹੁਤ ਸਾਰਾ ਸੰਘਰਸ਼ ਕੀਤਾ ਲੋਕਤੰਤਰ ਲਈ ਪਰ ਸ਼ਾਇਦ ਫੌਜ ਨੂੰ ਇਹ ਚੀਜ਼ ਨਹੀਂ ਪਸੰਦ। ਇਸੇ ਤਰ੍ਹਾਂ ਦੇ ਹਾਲਾਤ ਪਾਕਿਸਤਾਨ ਵਿਚ ਵੀ ਆਪਾਂ ਜ਼ਿਕਰ ਕੀਤਾ ਕਿ ਬਣਦੇ ਪਏ ਆ ਕਿਉਂਕਿ ਜਿਸ ਤਰ੍ਹਾਂ ਉੱਥੇ ਵੀ ਜ਼ਿਆਦਾ ਦਬਦਬਾ ਫੌਜ ਦਾ ਰਹਿੰਦਾ ਤੇ ਦੂਸਰੇ ਪਾਸੇ ਸਰਕਾਰਾਂ ਨਾਮ ਦੀਆਂ ਹੁੰਦੀਆਂ ਆ ਤੇ ਇਧਰਲੇ ਪਾਸੇ ਵੀ ਹੁਣ ਇਸੇ ਤਰ੍ਹਾਂ ਲੱਗਦਾ ਕਿ ਫੌਜ ਆਪਣੇ ਦੇਸ਼ ਦੇ ਉੱਪਰ ਮਿਆਂਮਾਰ ਦੇ ਉੱਪਰ ਕਬਜ਼ਾ
लंबा समा करना चाहती है क्योंकि पहला भी रहा 10 साल गैप पिया जो लोकतंत्र है पर हूं लोकतंत्र फिर तो जिस तरह कुचलिया जा रहा है सारे देश ए विरोध में ने क्योंकि देशों का कहना है कि जेकर लोकतंत्र का एक दूसरे देश वाल देख के ये सारा कुछ होर देश विच भी शुरू हो सकता है। हुण होर देश तो एक गल होर इतने ज्यादा की नाल ही कर लें तुर्मिकस्तान के राष्ट्रपति हुणा ने भी हुण जिदा परिवारवाद की आप गल करते हैं ना कि अपने परिवार के एक होर मुखी नूं अगे कुछ उच्च गद्दी ते बिठा दिता उत्थे भी उन्होंने उप प्रधानमंत्री के अहुदे ते अपने पुत्र नूं बिठाया हुण उस देश विच भी एक नवा वंशवाद पैदा हो जाना है। वंशवाद की गल तो चलो प्रधानमंत्री नरेंद्र मोदी भी करते हैं कि भारत आले पासे मैं ये बर्दाश्त नहीं करूंगा हालांकि बहुत सारिया पार्टियां बहुत सारिया पार्टियां के बंदे भावें मध्य प्रदेश चुन छड़ के गए हो भूआ भावें गुजरात वाले पासे हो गए तो उतों पता लगता है कि वंशवाद अजे हैगा है। उन्होंने भी यही चाहिए कि चलो पहला अपनी पार्टी वाल भी झाट मार लेनी चाहिए कि साडे वाले पासे तो नहीं गए पर हुण जिहड़ियां गल्लां एक देश तो बाद दूजे देश शुरू हुई म्यांमार तो बाद हुण तुर्मिकस्तान च काम शुरू होया इस तो बाद रशिया ने भी बहुत सारे इस तरह के ऐलान किए हुए ने चीन वाले पासों भी ऐलान हुए ने ऐदा लगता है कि कुछ देशों विच तानाशाही रवैया अपनाउन की कोशिश की जा रही है हालांकि लोग हो सकता है इस चीज प्रवान ना कर पर जिहड़े भी देशों विच मनाउन की गल की जाऊगी उहदे विच जिदा अमरीका सुपर पावर देश है अधिकार समझदा है हर एक देश के नाल कोई भी देश वैसे तो अंतरराष्ट्रीय पद्धर से मदद करने तो किसी वेले भी ना कर सकता है जिस तरह न्यूजीलैंड ने भी की है। हुण अमरीका ने भी इसे जनता के फतवे का सम्मान किया कि सूकी नूं रिहा किया जाए जदों तक रिहा नहीं किया जाता असी साथ नहीं देवांगे व्यापारक तौर से आर्थिक तौर से पूरी तरह असी पाबंदियां लगाउंदे हां। हुण एक दो देश होर है जो लगता है जिन्हां दे बयान तां आ रहे हैं पर लगता है वह भी 2-3 दिन तक म्यांमार से पाबंदियां लगा सकते हैं हो सकता है वह भी चीन के गुआंढी देशों विचों एक हो जी। मल्लिकार्जुन खड़गे वालों राज्यसभा च विरोधी ते नेता बनाता जी कांग्रेस ने सॉरी कांग्रेस वालों चर्चा की थी कि कांग्रेस विच जिस तरह फुट पई है आने वाले दिनों में बहुत सारे लोग आप शेख नामा का जिक्र किया जिन्हों के उपर चर्चा होने की संभावना है पर मल्लिकार्जुन खड़गे उन्होंने पहले नंबर से सन क्योंकि एक तो यह हूं सोनिया गांधी उन्होंने बहुत करीब ने पार्टी में वड्डा केडर जिहड़ा है वह सीनियर आ उन्हां दी उम्र मैनूं लगदा 55-60 तो ज्यादा ही है वह बंदे जिहड़े है कांग्रेस दे विच भी हुण लगदा धड़ेबाजी शुरू हुई है एक धड़ा नौजवानां दा ते दूसरे पासे एक धड़ा बजुर्गां दा तां नहीं कह सकदे पर मध्य वर्ग जिहड़े उम्र दे आ 55 टप्पी गए आ पर बजुर्ग कहांगे तां पता नहीं उन्हां नूं किदां लगूगा थोड़े थोड़े जवान ने हुण उह चाहुंदे आ कि राहुल गांधी नूं मोहरे लियाउण तों पहलां राजनीति दी पूरी समझ होनी चाहीदी है। बहुत सारी गल्लां उन्हां ने कहियां कि इन्हां नूं तां इह वी पता कि मुद्दे किहड़े चलदे हुंदे बोलणा की है ते जाणा किथे है कदों जाणा है क्योंकि एक हुण जिस तरह एक पासे तां आपां इह कहिंदे आ ना कि प्रधानमंत्री ने विदेशां विच जाण ते बहुत सारा पैसा बर्बाद कर दिता जां फिर इश्तिहार दे उपर ते इन्हां नाल भी बहुत सारियां गल्लां जुड़ियां कि इन्हां नूं भी नहीं पता किहड़े समें विदेशी दौरा करना देश दे विच एक पासे तां कांग्रेस दा मुख दिन हुंदा जदों मनाया जांदा पार्टी दी स्थापना हुंदी ते राहुल गांधी हुणी किसे होर पासे हुंदे हुण उसे दिन तों भी सवाल खड़े होए सी उदन भी गल चली सी कि पार्टी दा हुण विरोधी धिर दा नेता अगला चुनना है ते उह ज्यादातर मीटिंगां विचों इह गल दिसे गुलाम नबी आजाद एक वधिया चेहरा सन वधिया बुलारा गुलाम नबी आजाद नूं देखिया गया हमेशा राज्यसभा विच भी पर कांग्रेस का एक धड़ा उन्हां नूं भी अगे लैके जाण विच खुश नहीं सी क्योंकि जेकर खुश हुंदा ते उन्हां नूं एक्सटेंशन दित्ती जांदी एक जां दो साल दी क्योंकि पार्टी दे हाथी हुंदा ते पार्टी ने उह चीज भी नहीं कीती उस तों इह लगदा है कि कांग्रेस पार्टी विच फुट जिहड़ी है उह चलदी पई है। उसे फुट का नतीजा यह होया कि हुण जिस तरह उन्हां दी वधाईगी हुई है हंजुआं दे नाल प्रधानमंत्री हुणां ने भी कीती ते अगे उन्हां ने भी दिखाया हालांकि कई तेनूं स्क्रिप्टड कहिंदे आ हुण उस दिन तो यही लगता सी कि कोई ना कोई नवा चेहरा सामने लियांदा जाऊगा कांग्रेस वालों ते उह कांग्रेस का नवा चेहरा मल्लिकार्जुन खड़गे ते मोर पहले लग चुकी सी चर्चा थी कि थोड़ी बहुती 10-5% की पता नहीं बनाउणा कि नहीं पर यह सारा कुछ पार्टी दे विरोधी धिर ने अंदर खाते तैयारियां कर लिया कि बनाना तो भाई इन्होंने बनाना क्योंकि ये सीनियर बंदे है ये काफी अनुभव भी है इन्होंने कोल से काफी सारे कांग्रेस के कुछ पल ऐदा भी है जो अंदर खाते नाराजगियां होंदियां सन इस बंदे ने कई सारे समझौते नाराजगियां दूर कीतियां ते हुण इन्हां नूं अहुदा देता है राज्यसभा विच विरोधी धिर दे नेता गुलाम नबी आजाद की जगह यह होणगे जी। ईरान दे विज्ञानी मोहसिन फखरीजा दे उहदी मौत नूं लैके खुलासे हो रहे हैं जी। जी ए हुण वैसे तां
27 नवंबर दे तकरीबन घटना वापरदी है। एक गड्डी दे विच बैठ के बंदा जा रहा है, गोलियां मार दित्तियां गईयां ते दस्सदे पए कि 13 गोलियां इस बंदे दे लगियां ते इहदी मौत हो गई। हालांकि बहुत सारे सुरक्षा कर्मी ते खास गल ए इन्हां दी पत्नी भी नाल बैठी है, थोड़े जे सैड नूं होके उहनूं कुछ नहीं होया। इहदा मतलब की आ कि इह हमला जिहड़ा कीता गया जां किस ने करवाया ਇਹ ਬੜੇ ਤਰੀਕੇ ਨਾਲ ਹੋਇਆ, ਲੰਬੇ ਸਮੇਂ ਤੋਂ ਅਭਿਆਸ ਕੀਤਾ ਗਿਆ, ਕੁਛ ਖਾਸ ਮਸ਼ੀਨਾਂ ਦੀ ਇਹਦੇ ਵਿੱਚ ਵਰਤੋਂ ਕੀਤੀ ਗਈ ਜਾਂ ਹਥਿਆਰਾਂ ਦੀ ਆਪਾਂ ਕਹਿ ਲਈਏ ਵਰਤੋਂ ਕੀਤੀ ਗਈ। ਜਦੋਂ ਇਹ ਹਮਲਾ ਇਰਾਨ ਦੇ ਨਹੀਂ, ਵੈਸੇ ਇਰਾਨ ਦੀ ਰਾਜਧਾਨੀ ਤਹਿਰਾਨ ਚ ਇਹ ਸਾਰਾ ਕੁਝ ਵਾਪਰਿਆ। ਸਵਾਲ ਉਦੋਂ ਹੀ ਚੁੱਕਣੇ ਸ਼ੁਰੂ ਕਰਤੇ ਸੀ ਕਈ ਦੇਸ਼ਾਂ ਨੇ ਕਿ ਇਰਾਨ ਨੇ ਪਹਿਲਾਂ ਚੁੱਕਿਆ ਕਿ ਇਹ ਇਜ਼ਰਾਇਲ ਵਾਲੇ ਪਾਸਿਓਂ ਹੋਇਆ। ਹਾਲਾਂਕਿ ਜਾਂਚ ਚੱਲਦੀ ਰਹੀ, ਕਈ ਕੁਛ ਸਾਹਮਣੇ ਆਇਆ ਪਰ ਕਲੀਅਰ ਨਹੀਂ ਹੋਇਆ ਕਿ ਇਹ ਕੀਤਾ ਕਿਵੇਂ। ਨਿਊਕਲੀਅਰ ਸਾਇੰਟਿਸਟ ਮੋਹਸਿਨ ਫਖਰੀਜ਼ਾਦੇ, ਜਿਨ੍ਹਾਂ ਨੇ ਪਰਮਾਣੂ ਬੰਬ ਬਣਾਉਣ ਦੇ ਲਈ ਕਾਫੀ ਹੱਦ ਤੱਕ ਮਿਹਨਤ ਕੀਤੀ ਹੈ, ਇਹਨਾਂ ਨੂੰ ਇੱਕ ਉੱਚ ਦਰਜੇ ਦਾ ਵਿਗਿਆਨੀ ਉਸ ਦੇਸ਼ ਵਿਚ ਕਿਹਾ ਜਾਂਦਾ। ਹਾਲਾਂਕਿ ਪਰਮਾਣੂ ਹਥਿਆਰਾਂ ਨੂੰ ਲੈ ਕੇ ਅਮਰੀਕਾ ਨੇ ਕਈ ਪਾਬੰਦੀਆਂ ਜਾਰੀ ਕੀਤੀਆਂ ਹੋਈਆਂ ਨੇ, ਪਰ ਅੰਦਰ ਖਾਤੇ ਇਸ ਸਮੇਂ ਵੀ ਕਈ ਦੇਸ਼ ਪਰਮਾਣੂ ਹਥਿਆਰਾਂ ਦਾ ਜ਼ਖੀਰਾ ਜਮ੍ਹਾਂ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਨੇ। ਚਲੋ ਇੱਥੇ ਇੱਕ ਹੋਰ ਗੱਲ ਕਰ ਲੈਂਦੇ ਹਾਂ। ਪਿਛਲੇ ਦਿਨੀ ਉੱਤਰੀ ਕੋਰੀਆ ਤੋਂ ਵੀ ਇੱਕ ਖਬਰ ਸਾਹਮਣੇ ਆਈ ਹੈ ਕਿ ਉੱਥੇ ਦੇ ਵੀ ਜੋ ਤਾਨਾਸ਼ਾਹ ਨੇ ਉਨ੍ਹਾਂ ਦੀ ਨਿਗਰਾਨੀ ਦੇ ਹੇਠ ਪਰਮਾਣੂ ਹਥਿਆਰ ਤਿਆਰ ਕੀਤੇ ਜਾ ਰਹੇ ਨੇ। ਇੱਕ ਦੇਸ਼ ਨੇ ਉਹਦੇ ਬਾਰੇ ਵੱਡਾ ਖੁਲਾਸਾ ਵੀ ਕੀਤਾ, ਬਲੈਸਟਿਕ ਮਿਜ਼ਾਈਲਾਂ ਤਿਆਰ ਵੀ ਕਰ ਲਈਆਂ, ਸਮੁੰਦਰ ਦੇ ਵਿਚ ਕੁਝ ਅਭਿਆਸ ਵੀ ਕਰ ਲਿਆ ਤੇ ਬਹੁਤ ਨੇੜੇ ਪਹੁੰਚ ਚੁੱਕਿਆ ਉੱਤਰ ਕੋਰੀਆ ਵੀ ਪਰਮਾਣੂ ਹਥਿਆਰਾਂ ਨੂੰ ਲੈ ਕੇ। ਤੇ ਹੁਣ ਇੱਕ ਵਾਰ ਫਿਰ ਤੋਂ ਇਹਨਾਂ ਦੀ ਗੱਲ ਕਰਦੇ ਹਾਂ ਆਪਾਂ, ਮੋਹਸਿਨ ਹੁਣਾਂ ਦੀ, ਕਿ ਮੋਹਸਿਨ ਹੁਣਾਂ ਦੇ ਉੱਪਰ ਇਹ ਜੋ ਹਮਲਾ ਹੁੰਦਾ ਸੁਨੈਦ ਜੀ, ਇਹਨੂੰ 8 ਮਹੀਨੇ ਸਾਜਿਸ਼ ਘੜਨ ਨੂੰ ਲੱਗੇ ਆ। ਬੰਦੇ ਦੇ ਉੱਪਰ ਪੂਰੀ ਨਿਗਾਹ ਰੱਖੀ ਜਾਂਦੀ ਹੈ ਕਿ ਕਿੱਧਰ ਕਿੱਧਰ ਬੰਦਾ ਇਹ ਜਾਂਦਾ, ਕੀ ਇਹਦੇ ਪ੍ਰੋਗਰਾਮ ਹੈ, ਕਿਉਂਕਿ ਸੁਰੱਖਿਆ ਦੇ ਤਾਂ ਪੂਰੇ ਪ੍ਰਬੰਧ ਕੀਤੇ ਹੀ ਹੋਏ ਸਨ ਤੇ ਨਾਲ ਨਿਗਾਹ ਇਸ ਕਰਕੇ ਰੱਖੀ ਗਈ ਕਿਉਂਕਿ ਇੱਕ ਖਾਸ ਮਸ਼ੀਨ ਬਾਹਰਲੇ ਦੇਸ਼ ਤੋਂ ਮੰਗਾਈ ਹੈ, ਜਿਹਨੂੰ ਲਿਆਉਣ ਦੇ ਲਈ ਹੀ 1 ਟਨ ਦੀ ਉਹ ਮਸ਼ੀਨ ਹੈ। ਵੱਖ ਵੱਖ ਟੁਕੜਿਆਂ ਦੇ ਤਹਿਤ ਉਹ ਮਸ਼ੀਨ ਤਹਿਰਾਨ ਤੋਂ ਦੱਸਿਆ ਜਾ ਰਿਹਾ ਮੰਗਾਈ ਹੈ, ਜਿਸ ਤਰ੍ਹਾਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਜਦੋਂ ਮਸ਼ੀਨ ਆਉਂਦੀ ਹੈ ਤੇ ਉਸ ਤੋਂ, ਵੈਸੇ ਤਾਂ ਇਸ ਬੰਦੇ ਨਾਲ 12 ਬੰਦੇ ਏਦਾਂ ਦੇ ਸੀ ਜਿਹੜੇ ਸਰਕਾਰ ਦੇ ਮੰਤਰੀ ਰਾਸ਼ਟਰਪਤੀ ਦੇ ਬਹੁਤ ਨਜ਼ਦੀਕੀ ਸਨ, ਉਹਨਾਂ ਨੂੰ ਲਗਾਇਆ ਹੋਇਆ ਸੀ, ਪਰ ਫਿਰ ਵੀ 13 ਗੋਲੀਆਂ ਕਿਸ ਤਰ੍ਹਾਂ ਲੱਗੀਆਂ ਤੇ ਆਪਾਂ ਹੌਲੀ ਜ਼ਿਕਰ ਕਰਦੇ ਹਾਂ ਅੱਗੇ ਕਿ 8 ਮਹੀਨੇ ਤੱਕ ਇਹਨਾਂ ਤੇ ਨਜ਼ਰ ਰੱਖੀ ਗਈ। ਉਸ ਤੋਂ ਬਾਅਦ ਇੱਕ ਇਜ਼ਰਾਇਲ ਦੀ ਹੀ ਇੱਕ ਖੁਫੀਆ ਏਜੰਸੀ ਹੈ ਜਿਨੇ ਇਸ ਸਾਰੇ ਕੰਮ ਨੂੰ ਅੰਜਾਮ ਦਿੱਤਾ। ਉਸ ਖੁਫੀਆ ਏਜੰਸੀ ਨੇ ਇਹਨਾਂ ਨੂੰ ਕਾਰ ਨੂੰ ਨਿਸ਼ਾਨਾ ਬਣਾਇਆ, ਜਾਂਦੇ ਹੋਏ ਉੱਪਰ ਗੋਲੀਆਂ ਚਲਾਈਆਂ ਤੇ ਵੈਸੇ ਤਾਂ ਪਹਿਲਾਂ ਤਾਂ ਇਹੀ ਕਹਿ ਦਿੱਤਾ ਗਿਆ ਸੀ ਇਰਾਨ ਵੱਲੋਂ ਕਿ 62 ਬੰਦੂਕਧਾਰੀਆਂ ਨੇ ਗੋਲੀ ਚਲਾਈ ਹੈ। ਚਲੋ ਉਹ ਵੱਖਰੀ ਗੱਲ ਹੈ, ਹੁਣ ਮਜ਼ਾਕ ਵੀ ਉੱਡ ਰਿਹਾ ਕਿਉਂਕਿ ਇੰਨਾ ਕੁਛ ਸੀਗਾ ਨਹੀਂ ਤੇ ਬੰਦੇ ਲੱਭੇ ਹੀ ਨਹੀਂ ਕਿੱਥੇ ਗਏ ਆ, ਪਰ ਜਿਹੜਾ ਇਹਨਾਂ ਨੂੰ ਘਟਨਾ ਨੂੰ ਅੰਜਾਮ ਦਿੱਤਾ 8 ਮਹੀਨੇ ਦੀ ਤਿਆਰੀ ਤੋਂ ਬਾਅਦ, 20 ਬੰਦੇ ਦੱਸੇ ਜਾ ਰਹੇ ਆ ਕਿ ਉਸ ਟੀਮ ਦੇ ਵਿਚ ਸ਼ਾਮਲ ਸਨ। ਉਸ ਜੋ ਏਜੰਟ ਨੇ ਉਹਨਾਂ ਨੇ ਮਸ਼ੀਨ ਫਿੱਟ ਕੀਤੀ ਪਹਿਲਾਂ, ਰਸਤਾ ਦੇਖਿਆ ਕਿ ਆਹ ਬੰਦੇ ਨੇ ਇੱਥੋਂ ਦੀ ਲੰਘਣਾ ਤੇ ਉਹਨੂੰ ਉਡਾ ਦਿੱਤਾ ਜਾਊਗਾ। ਇਸੇ ਤਰ੍ਹਾਂ ਹੀ ਇਹ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਹੁਣ ਇਜ਼ਰਾਈਲ ਦੀ ਇੱਕ ਬਹੁਤ ਵੱਡੀ ਅਖਬਾਰ ਹੈ ਜਿਸਨੇ ਇਹ ਖੁਲਾਸਾ ਕੀਤਾ। ਹੁਣ ਇੱਥੇ 2 ਗੱਲਾਂ ਸਾਫ਼ ਹੋ ਗਈਆਂ। ਪਹਿਲਾਂ ਤਾਂ ਸਵਾਲ ਅਮਰੀਕਾ ਤੇ ਵੀ ਉੱਠੇ ਸਨ ਕਿ ਅਮਰੀਕਾ ਵੀ ਵਿੱਚ ਹੋ ਸਕਦਾ, ਪਰ ਉਹਨਾਂ ਨੂੰ ਹੁਣ ਇੱਕ ਕਹਿ ਲਈਏ ਕਿ ਆਪਾਂ ਸ਼ੱਕ ਦੇ ਘੇਰੇ ਤੋਂ ਬਾਹਰ ਕਰ ਦਿੱਤਾ, ਕਿਉਂਕਿ ਇਹ ਜਿਸਨੇ ਕੀਤਾ ਹੁਣ ਖੁਲਾਸਾ ਉਹਨਾਂ ਨੇ ਆਪ ਹੀ ਕਰ ਦਿੱਤਾ। ਉਥੋਂ ਦੀ ਹੀ ਇੱਕ ਅਖਬਾਰ ਨੇ ਕਿ ਇਹ ਸੋਚੀ ਸਮਝੀ ਸਾਜਿਸ਼ ਆ, ਇਹ ਨਾ ਸਮਝੋ ਕਿ 1-2 ਦਿਨ ਦੀ ਘਟਨਾ ਹੋ ਗਈ ਹੈ, ਇਹ ਘਟਨਾ ਕਰਨ ਨੂੰ 1 ਮਹੀਨੇ ਦਾ ਸਮਾਂ ਲੱਗਿਆ। ਫਾਦਰ ਆਫ ਦਾ ਬੰਬ ਵੀ ਇਹਨਾਂ ਨੂੰ ਕਿਹਾ ਜਾਂਦਾ, ਪਰ ਇਸ ਤਰ੍ਹਾਂ ਹੁਣ ਜਿਹੜੀ ਇੱਕ ਨਵੀਂ ਚਰਚਾ ਛੇੜਨੀ ਹੈ ਜਾਂ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣੀਆਂ ਉਹ ਇਹ ਹੈ ਕਿ ਜਿਸ ਜਗ੍ਹਾ ਦੇ ਉੱਪਰ ਸੁਖਨੈਦ ਦੀ ਇਹ ਸਾਰੀ ਘਟਨਾ ਵਾਪਰਦੀ ਹੈ ਉਥੋਂ 1 ਵੀ ਹਥਿਆਰ ਸਾਹਮਣੇ ਨਹੀਂ ਆਇਆ, 1 ਵੀ ਸਬੂਤ ਨਹੀਂ ਮਿਲਿਆ। ਇਹਦਾ ਮਤਲਬ ਕੀ ਹੈ ਕਿ ਉੱਥੇ ਦੀ ਜਿਹੜੀ ਏਜੰਸੀ ਆ ਮੁਸਾਦ ਆ ਉਸਦਾ ਨਾਮ, ਜਿਹਨੇ ਇਹ ਸਾਰਾ ਕੁਝ ਆਪਰੇਸ਼ਨ ਨੂੰ ਅੰਜਾਮ ਦਿੱਤਾ। ਹੁਣ ਮੁਸਾਦ ਨੇ ਕਿੰਨੀ ਬਰੀਕੀ ਦੇ ਨਾਲ ਸਾਰੇ ਸਬੂਤ ਪਹਿਲਾਂ ਹੀ ਕਿਸ ਤਰ੍ਹਾਂ ਨਸ਼ਟ ਕਰਨੇ ਆ, ਉਹਦੇ ਉੱਪਰ ਜ਼ਿਆਦਾ ਕੰਮ ਕੀਤਾ ਇਸ ਬੰਦੇ ਨੂੰ ਮਾਰਨ ਦੇ ਲਈ, ਕਿਉਂਕਿ ਬਹੁਤ ਸਾਰੇ ਪਰਮਾਣੂ ਬੰਬ ਤਿਆਰ ਕੀਤੇ ਜਾ ਚੁੱਕਣ ਦੇ ਕਿਨਾਰੇ ਤੇ ਇਹ ਪਹੁੰਚ ਗਿਆ ਸੀ ਕੰਮ, ਪਰ ਉਸ ਤੋਂ ਪਹਿਲਾਂ ਹੀ ਇਹਨਾਂ ਦਾ ਮਰਨਾ ਉਸ ਦੇਸ਼ ਲਈ ਵੱਡਾ ਘਾਟਾ ਸੀ। ਪਰ ਕਈ ਦੇਸ਼ ਇੱਥੇ ਖੁਸ਼ ਵੀ ਹੋਏ ਨੇ, ਪਰ ਹੁਣ ਜਾਂਚ ਲੱਗਦਾ ਦੁਬਾਰਾ ਹੋ ਸਕਦੀ ਹੈ ਜਿਸ ਤਰ੍ਹਾਂ ਦੇ ਖੁਲਾਸੇ ਹੋਏ ਨੇ। ਇਹ ਮੁਸਾਦ ਇੱਕ ਏਜੰਸੀ ਹੈ ਜਿਹਨੇ ਸਾਰਾ ਕੁਝ ਅੰਜਾਮ ਦਿੱਤਾ, ਜੋ ਚਰਚਾ ਚੱਲਦੀ ਹੈ ਵੱਡੀਆਂ ਅਖਬਾਰਾਂ ਦੀਆਂ ਸੁਰਖੀ ਵੀ ਬਣੀ ਇਹ ਖਬਰ ਹੈ ਜੀ। ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹੈ ਜੀ। ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ
तरह तरह के सवाल उठ रहे ने। देखो ये वैसे पहली बार नहीं सवाल उठे, सवाल कई लंबे समय तो चके जा रहे ने। हुण सुखनैब जी सवाल चुकना अलग जगह की गल है, अलग गल है, पर सवालों के उपर कानून बनना, उन्होंने कानूनों के उपर अमल करना यह वक्री गल है। हुण जिस तरह सवाल उठाए जा रहे ने सुरक्षा नूं लैके कि महिलावां सेफ ने, बहुत सारे सूबियां दे विच गल कही जा रही है, पर अंकड़े कुछ होर दसदे ने। यूपी वाले पासे, मध्य प्रदेश वाले पासे, बिहार, हुण तां पंजाब विच भी बहुत सारियां घटनावां सामने आईयां ने महिलावां नूं लैके, जबर जनाह दीआं घटनावां दिनों दिन वधदीआं जा रहीआं। पंजाब दे जिला हुशियारपुर दे दुआबे च पिंड है, उत्थे टांडे दे नजदीक एक घटना वापरी, किस तरह उसे हवानियत दियां सारियां हद्दां पार हुंदियां ने, ते उस तों बाद केस किधरले पासे अजे तक नहीं सामने आया। हुण इत्थे एक सवाल यह है कि इहदे बाद जांच रुक जांदी है जां फिर जांच चलदी रहिंदी है, जे चलदी रहिंदी है उहदे नतीजे की निकलदे ने, किहड़े कानून है जिहदे तहत सजा दित्ती जांदी है, जां फिर उह यूपी आले पासिओं जां फिर मध्य प्रदेश आले पासिओं घटनावां हुंदियां है, खेतां विच जांदियां है कुड़ियां जांदियां फसल पट्ठे लैण ते उत्थे इदां दीआं घटनावां वापर जांदियां, ते जेल दे विच ही बैठे कई मंत्री ओह सिंगर अर्गे घटनावां करवाउंदे रहे आ, किन्ना कुछ वापरिया उस परिवार दे नाल, की नहीं कीता सबूतां नूं मिटाउण दे लई, ओह केस नूं भुल्लिया नहीं जा सकदा। ते फिर भी असीं महिला दिवस दे उपर इह गल कहने आ कि महिलावां सेफ ने। हुण देखो कुछ क मैं बहुतिया ने थोड़ियां क घटनावां इसे महीने दियां करदा, पिछले 10 दिनां दे दौरान तकरीबन 20 to 22 घटनावां सामने आ चुकियां ने वख वख शहरां तों, उहदे विच पंजाब भी शामिल है, लुधियाणे विचों भी घटना सामने आई, ते घटना विचों जलंधर चों भी सामने आईआं। हुण 1 फरवरी नूं बिहार दे मुजफ्फर नगर दे पिंड बोचां विच घटना वापरदी है, एक महिला नूं जबर जनाह दी कोशिश कीती जांदी है, जदों रौला पैंदा ते उहदी 3 to 4 महीने दी बच्ची नूं अग विच सुट दित्ता जांदा है। ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਕਿਹੜੇ ਕਾਨੂੰਨ ਨੇ ਜਿਹਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ, ਅੱਗੇ ਤੱਕ ਗੱਲ ਕਿੱਥੇ ਤੱਕ ਪਹੁੰਚਦੀ ਹੈ। 21 ਫਰਵਰੀ ਨੂੰ ਲੁਧਿਆਣਾ ਵਿਚ ਵੀ ਇੱਕ ਨਾਬਾਲਗ ਬੱਚੀ ਨਾਲ ਇਸੇ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਟਾਂਡੇ ਵਿਚ ਵੀ ਵਾਪਰਦੀ ਹੈ, ਕਰਨਾਟਕ ਦੇ ਮੰਗਲੁਰ ਦੇ ਸ਼ਿੰਗੇਰੀ ਇਲਾਕੇ ਵਿਚ ਵੀ ਵਾਪਰਦੀ ਹੈ 15 ਸਾਲਾਂ ਨਾਬਾਲਗ ਦੇ ਨਾਲ। ਹੁਣ ਦੇਖੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ, ਕੁਛ ਨਾਬਾਲਗ ਜਿਹੜੇ ਹੁੰਦੇ ਨੇ ਐਡੀ ਐਡੀਆਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ, ਬਾਅਦ ਚ ਉਹਨਾਂ ਨੂੰ ਸੁਧਾਰ ਘਰ ਚ ਭੇਜ ਦਿੰਦੇ ਆ, ਸੁਧਾਰ ਘਰ ਦੇ ਵਿਚ ਜਾ ਕੇ 3 ਸਾਲ ਬਾਅਦ ਮੰਨ ਲਓ ਉਹ ਬਾਲਗ ਹੋ ਜਾਂਦੇ ਆ, ਉਸ ਤੋਂ ਬਾਅਦ ਫਿਰ ਕੀ ਵਾਪਰਦਾ। ਅਸੀਂ ਦਿੱਲੀ ਵਾਲੇ ਕੇਸ ਵਿਚ ਇਹ ਚੀਜ਼ ਦੇਖੀ ਆ ਕਿ ਦਿੱਲੀ ਵਾਲੇ ਕੇਸ ਵਿਚ ਇੱਕ ਦੋਸ਼ੀ ਨੂੰ ਸੁਧਾਰ ਘਰ ਚ ਭੇਜਿਆ ਗਿਆ, ਜਦੋਂ ਉਸ ਤੋਂ ਬਾਅਦ ਚਲੋ ਮਾਮਲਾ 7-8 ਸਾਲ ਚੱਲਦਾ ਰਿਹਾ, ਉਹ ਉਸ ਤੋਂ ਬਾਅਦ ਦਾ ਕੀ ਵਾਪਰਿਆ, ਕਹਿੰਦਾ ਕਿ ਮੈਂ ਉਦੋਂ ਅਣਜਾਣ ਸੀ, ਚਲੋ ਸਜ਼ਾ ਮਿਲੀ ਹੈ ਆਪਾਂ ਉਹ ਵੀ ਨਹੀਂ ਕਹਿ ਸਕਦੇ, ਪਰ ਇਹਨਾਂ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਦੀ ਲੋੜ ਆ। ਇਹ ਤੇ 1 ਫਰਵਰੀ ਦੀ ਘਟਨਾ, 2 ਫਰਵਰੀ ਨੂੰ ਸਹਾਰਨਪੁਰ ਇਲਾਕੇ ਨੇੜਿਓ, ਜਿੱਥੇ ਯੋਗੀ ਆਦਿੱਤਿਆ ਨਾਥ ਹੁਣੀ ਕਹਿੰਦੇ ਆ ਕਿ ਸਾਰਾ ਕੁਛ ਬੜਾ ਮੇਰੇ ਕਾਰਜਕਾਲ ਦੇ ਦੌਰਾਨ ਤਾਂ ਇੱਦਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ। ਯੂਪੀ ਵਾਲੇ ਪਾਸੇ ਤਾਂ ਹੁਣ ਜਿਹੜੇ ਇਹ ਕੇਸ ਹੋ ਰਹੇ ਨੇ ਇਸ ਤਰ੍ਹਾਂ ਦੇ, ਉਹਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਸ ਤੋਂ ਬਾਅਦ ਫਿਰੋਜ਼ਪੁਰ ਝਿਰਕਾ ਪਿੰਡ ਵਿਚ ਵੀ 5 ਨੌਜਵਾਨਾਂ ਨੇ ਖੇਤਾਂ ਵਿਚ ਚਾਰਾ ਲੈਣ ਗਈ ਲੜਕੀ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਫੀ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ, ਪਰ ਅਸੀਂ ਫਿਰ ਵੀ ਇਹ ਮੁੱਦਾ ਅਜੇ ਤੱਕ ਬਹੁਤੇ ਵੱਡੇ ਪੱਧਰ ਤੇ ਚੁੱਕਿਆ ਨਹੀਂ ਜਾ ਰਿਹਾ। ਇਹ ਮੁੱਦਾ ਚੁੱਕਣ ਦੀ ਲੋੜ ਹੈ ਅੱਜ ਸੰਸਦ ਵਿਚ, ਭਾਵੇਂ ਵਿਧਾਨ ਸਭਾ ਹੋਵੇ ਸੂਬਿਆਂ ਦੀ, ਭਾਵੇਂ ਰਾਜ ਸਭਾ ਹੋਵੇ। ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਵਿਧਾਨ ਸਭਾ ਵਿਚ ਵੀ ਇਹ ਕਹਿੰਦੇ ਆਪਾਂ ਕਿ 33% ਮਹਿਲਾਵਾਂ ਦੀ ਸੀਟ ਹੈਗੀ ਆ, ਤੇ ਰਾਜ ਸਭਾ ਵਿਚ ਵੀ ਬਹੁਤ ਵੱਡੇ ਫਰਕ ਦੇ ਨਾਲ 2/3 ਹਿੱਸੇ ਦੀ ਗੱਲ ਕਰ ਲਈਏ, ਚਲੋ ਆਪਾਂ ਮਹਿਲਾਵਾਂ ਹੈਗੀਆਂ, ਪਰ ਮੁੱਦਾ ਚੁੱਕਿਆ ਕਿਉਂ ਨਹੀਂ ਜਾ ਰਿਹਾ। ਆਹ ਅੱਜ ਦੀ ਘਟਨਾ ਸੀ ਇੱਕ, ਮੈਂ ਦੇਖੀ ਉਥੇ ਵਿਚ ਇੱਕ ਮਹਿਲਾ ਨੇ ਆਪਣੀ 4 ਤੇ 2 ਸਾਲ ਦੀ ਬੱਚੀ ਨੂੰ ਉੱਪਰ ਖੜੀ ਹੋ ਕੇ ਕੁੱਟਿਆ। ਹੁਣ ਉਹਦਾ ਕਾਰਨ ਕੀ ਸੀ? ਪਰਿਵਾਰਕ ਗੁੱਸਾ। ਪਰਿਵਾਰਕ ਗੁੱਸਾ ਇਸ ਤਰ੍ਹਾਂ ਲਾਇਆ, ਇਹ ਵੀ ਕੱਲ ਨੂੰ ਇਹਦੇ ਬਾਰੇ ਵੀ ਕਾਰਵਾਈ ਹੋ ਜਾਣੀ ਆ, ਪਰ ਉਹ ਤਾਂ ਚਲੋ ਪਰਿਵਾਰਕ ਝਗੜੇ ਦਾ ਮਾਮਲਾ ਹੋ ਗਿਆ, ਪਰ ਆਹ ਜਿਹੜੀਆਂ ਘਟਨਾਵਾਂ ਆ, ਖੇਤਾਂ ਵਿਚ ਪੱਠੇ ਲੈਣ ਜਾ ਰਹੇ ਆ, ਇਹ ਕਿਹੜੇ ਵਰਗ ਨਾਲ? ਇਹ ਗਰੀਬ ਪਰਿਵਾਰ ਦੇ ਨਾਲ ਹੀ ਹੈ। ਗਰੀਬ ਪਰਿਵਾਰ ਨੂੰ ਸ਼ੁਰੂ ਤੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਉੱਚ ਵਰਗ ਵੱਲੋਂ ਜਾਂ ਕਿਸੇ ਵੀ ਸਮੁਦਾਇ ਵੱਲੋਂ। ਇਹ ਘਟਨਾਵਾਂ ਰੁਕਣੀਆਂ ਚਾਹੀਦੀਆਂ, ਕੋਈ ਨਾ ਕੋਈ ਕਾਨੂੰਨ ਬਣਨੇ ਚਾਹੀਦੇ ਆ। ਅੰਮ੍ਰਿਤਸਰ ਵਾਲੇ ਪਾਸੇ ਘਰਿੰਡਾ ਦੇ ਅਧੀਨ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ, ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਵਿਚ ਵੀ ਵਾਪਰੀ ਹੈ। ਸੋ ਇਹਦੀਆਂ ਇਹ ਸਾਰੀਆਂ ਘਟਨਾਵਾਂ ਸਾਨੂੰ ਇਹ ਦੱਸਦੀਆਂ ਕਿ ਹੁਣ ਇਹਨਾਂ ਕਾਨੂੰਨਾਂ ਵਿਚ ਸਖ਼ਤੀ ਲਿਆਉਣ ਦੀ ਲੋੜ ਹੈ। ਜੇਕਰ ਸਰਕਾਰਾਂ ਇਹ ਕਹਿੰਦੀਆਂ ਕਿ ਚਲੋ, ਕਿਉਂਕਿ ਫਾਂਸੀ ਦਾ ਵਿਰੋਧ ਹੁੰਦਾ, ਫਾਂਸੀ ਇੱਕ ਸਜ਼ਾ ਹੈ ਵੀ ਨਹੀਂ, ਪਰ ਕਾਨੂੰਨਾਂ ਨੂੰ ਸਖ਼ਤ ਕਰਨ ਦੀ ਵੀ ਜ਼ਰੂਰਤ ਹੈ। ਸੋ ਆਉਣ ਵਾਲੇ ਸਮੇਂ ਦੇ ਵਿਚ ਸਰਕਾਰਾਂ ਨੂੰ ਇਧਰਲੇ ਪਾਸੇ ਸੋਚਣਾ ਚਾਹੀਦਾ, ਇਹ ਸਿਰਫ ਦਾਵਾ ਨਾ ਕੀਤਾ ਜਾਵੇ ਕਿ ਨੰਨੀ ਸ਼ਾਹ ਵਰਗੀਆਂ ਸਕੀਮਾਂ ਬਣਾ ਦਿੱਤੀਆਂ ਜਾਣ,
महिलावां सेफ ने कुछ नहीं। अजे तक भारत दे पंजाब दे बहुत सारे अजिहे घर ने जिथे घर भावे प्रधानमंत्री ये कहते पे ने कि शौचालय योजना के तहत पिंडा विच बना दिते गए ने शौचालय, पर बहुत सारे अजे अजिहे परिवार ने जिन्हां नूं नसीब नहीं हुई ये चीजा, वह अंकड़िया विच दिखाई दिंदियां, वह कागजा विच दिखाई दिंदियां, जमीनी हकीकत कुछ होर है, उत्थे जाके देखा जाए। क्योंकि अखबारा रोज लिखदियां, वह कहंदे आ ना कुछ छप के विकदियां ने कुछ विक के छपदियां ने अखबारा, अखबारा विच फर्क हुंदा, ते कहानियां विच विच सच्चियां भी हुंदियां, सारियां माड़ियां नहीं हुंदियां। सही गल सी। ते एक जो ए महिलावां दी गल करी आ तां जिहड़ा नवदीप वाला मामला, उस मामले दे विच पंजाब महिला कमिशन दे वल्लों भी मनीषा गुलाटी होरां ने भी इक नोटिस भेजिया जी। चंगी गल है, यह नोटिस भेजा, हालांकि थोड़े दिन इन्होंने भी वाधू लै लिया। महिला कहते हम चर्चा चल पी भेज देना, चलो जी जरूर, क्योंकि चर्चा तो बाद ही सारा कुछ हुआ ना, इस घटना बारे इक्का दुक्का लोगों नूं छड्ड के उपरले पासे सुनाब जी ये गल्लां हमेशा ही पता हुंदियां, उस ओहदियां ते बैठे लोगों तक ये गल्लां पहुंचदियां, महिला कमिशन तक भी किसी ना किसी ने पहुंचाई जरूर होनी है। चलो देर आए दुरुस्त आए, उन्होंने नोटिस भेजा, ठीक है, मामले की जांच होनी चाहिए है। दूजे पासे हुण जांच शुरू भी हुई है, जमानत इन्हां नूं मिली है एक केस विच, पर मामला वह पिछले साल का दिसंबर 2020 का, उस मामले विच जमानत मिली है। हालांकि दो केस इन्हां ते होर दर्ज ने, उस मामले च अजे तक जमानत मिली नहीं, उम्मीद है जल्दी मिल जूगी, क्योंकि मनजिंदर सिंह सिरसा हुणी लगे पए ने, नाल बहुत सारे वकीलां दा एक ग्रुप भी है जो ये सारे काम कर रहा है, इन नौदीप हुणां नूं छुडवाउण लई जल्दी तो जल्दी कोशिशां कीतियां जा रही ने। हुण इत्थे भी एक सवाल है, वो ये है कि इनू गिरफ्तारी पिछे हुण जिस तरह डर पिया कुछ कारपोरेट घराणियां नूं जां निजी कंपनियां दे मजदूरां लोकां नूं जिहड़े मालक ने उत्थे दे, कि मजदूर किते उन्हां दे खिलाफ ना हो जाण, कोशिश की कीती गई। देखो सोनी मुक्तसर तों इह कुड़ी उठी है, हुण सोनीपत दे विच की है मजदूरां दे नाल कोई वाह वास्ता है तां नहीं ना, एवं तो नहीं पांच पांच छे छे मजदूर इसकी उस रैली दे दौरान, मैं खुद देखिया इहदे नाल 6 to 7 हजार मजदूर इहदे पिछे, हुण उस तों बाद क्यों आवाज चुकी है, क्योंकि 5 to 6 हजार उन्हां मजदूरां नूं तनखा दिती जा रही है काम लई 10 to 12 घंटे जी। सुखनैब जी मैनूं लगदा नाल नाल आ भी खबर आ जाणी है, पंजाब दे विच भूचाल दे झटके महसूस कीते गए। अच्छा जी बिलकुल, चलदे प्रोग्राम दे दौरान भी हुण इस भूचाल जी, बिलकुल थोड़ी गल सही है, मैं भी झटके महसूस कर रहा, यह बहुत वड्डी खबर है जी आप दे आप च, क्योंकि ये वड्डी खबर है पंजाब विच हुण भूचाल दे झटके महसूस ऑन एयर ही यह चीज जा सकती हुंदी है। ये भी गल नाल नाल है कि जेड़े लोग सानू सुन रहे हैं वो पंजाब च तक लोग बहुत खतरा नहीं होना, बाकी थावां ते सुन रहे हैं तो थोड़ा सुरक्षित थावां ते जरूर चले जाओ जी। जिस तरह हुण भूचाल दे झटके महसूस किए गए ने, इहनूं लै के सारयां नूं सुरक्षा अपनानी चाहीदी है। सो ये ऑन एयर ही चलो झटके महसूस किए गए, लगभग पंजाब दे कुछ समय विच पता लगेगा कि रिक्टर स्केल ते किन्नी इहदी तीव्रता सी। सो सुखनैब जी हुण जिस तरह इस लड़की दी आपां गल कीती आ, ओहदे विच इह गल निकल के सामने आ रही आ, इह गल सामने निकल के आ रही कि किस तरह कारपोरेट घराणे जिन्हां नूं जिन्हां ने हुण इन्हां मजदूरां तों ही कम्म लैणा, आउण वाले समें दे विच जेकर आपां गल करिए ते निजीकरण जिस तरह वधदा जा रहा है, जिस तरह मंडियां वेचण दी मंडियां खत्म करन दी गल कीती जा रही है, इह चलो किते ना किते आपां समझिए मशीनीकरण वड्डे पद्धर ते हो सकदा, पर मशीनां नूं चलाउण लई वी कुछ मजदूरां दी लोड़ हुंदी है, कुछ मजदूर तो चलो मिल जाएंगे, पर ये सारे मजदूर किथे जाएंगे जिन्हां दा काम रुक जाना, भावें जिन्नी मर्जी तरक्की कर ली जाए। इस लड़की ने यह आवाज चुकने की कोशिश की है कि मजदूर खत्म कर दिते जाएंगे, तो उन्होंने मेहनताना हूं जिस तरह उन्होंने मेहनताना पहले रोकने की कोशिश की जा रही है, जिस करके ये सारिया गल्लां होनिया शुरू हुई ने। मैं बिच गल करदा सी कि सवाल तो यह चुकया गया सी कि 8 हजार तनखा दे नाल ਕੀ ਮਹੀਨੇ ਵਿਚ ਜਾਂ 6 ਹਜ਼ਾਰ ਦੀ ਤਨਖਾਹ ਦੇ ਨਾਲ ਉਸ ਮਜ਼ਦੂਰ ਦਾ ਗੁਜ਼ਾਰਾ ਹੋ ਸਕਦਾ। ਦੂਸਰੇ ਪਾਸੇ ਬਹੁਤ ਸਾਰੇ ਅਜਿਹੇ ਅਧਿਆਪਕ ਵੀ ਨੇ ਜਿਨ੍ਹਾਂ ਦੀ ਤਨਖਾਹ ਇਸ ਟਾਈਮ 2-3 ਹਜ਼ਾਰ ਰੁਪਏ ਪ੍ਰਤੀ ਮਹੀਨਾ, ਮੈਂ ਖੁਦ ਅਜਿਹੇ ਅਧਿਆਪਕਾਂ ਨੂੰ ਮਿਲਦਾ ਨਿੱਜੀ ਸਕੂਲਾਂ ਵਿਚ। ਹੁਣ ਬੱਚਿਆਂ ਦੇ ਕੋਲੋਂ ਫੀਸਾਂ ਜਿਹੜੀਆਂ ਲਈਆਂ ਜਾਂਦੀਆਂ ਨੇ, ਬੱਚਿਆਂ ਦੇ ਕੋਲੋਂ ਫੀਸਾਂ ਲੈਣ ਦੀ ਜੇਕਰ ਗੱਲ ਕਰੀਏ ਤਾਂ ਉਹਦੇ ਵਿਚ ਟਰਾਂਸਪੋਰਟ ਦਾ ਖਰਚਾ ਪਾ ਦਿੱਤਾ ਜਾਂਦਾ, ਕਦੀ ਕਦੀ ਅਜਿਹੇ ਖਰਚੇ ਪਾ ਦਿੱਤੇ ਜਾਂਦੇ ਨੇ ਕਿ ਕੁਛ ਬਣਾ ਕੇ ਦੇਖਣਾ, ਆਪਾਂ ਜਿੱਦਾਂ ਕਹਿ ਲਈਏ ਕਿ ਸਮਾਗਮ ਕਰਾਉਣਾ, ਉਹਦੇ ਨਾਮ ਤੇ ਕਦੀ ਫੀਸ ਇਕੱਠੀ ਕਰ ਲਈ ਜਾਂਦੀ ਹੈ। ਪਰ ਦੂਸਰੇ ਪਾਸੇ
इस तरह के हालात जेकर बनते ने उहदे नाल मजदूरी बिल्कुल खत्म हो जाऊगी। इसे लैके इस नौदीप कौर ने आवाज उठाई है, उन्हों एक मामले विच हुण जमानत मिल गई है पर दो मामले विच अजे तक जेल विच ही ने ते आउण वाले दिनां दौरान देखदे आं उम्मीद है कि जल्दी जमानत मिल सकती है। पर जेड़े सवाल इस नौजवान कुड़ी ने किसान मजदूरां दे संगठन दे तौर ते चुके ने ओह गल्लां बिल्कुल सच है, क्योंकि मजदूरां नूं भी खतरा पैदा हो चुका है। जी बिल्कुल गल थोड़ी सही है जी, और झटके मेरे ख्याल तीन बार लगे ने, दूजी बार एक बार फिर चलते चलते प्रोग्राम दे विच जो तुसीं दस्सदे उस तों महसूस किए गए ने जी। जी बाकी हजे डिटेल साडे कोल नहीं है कित्थे। अच्छा तमिलनाडु दे विच इक बड़ा दर्दनाक हादसा होया जी, नवे अपडेट की है उहदे? जी सुखराज जी, यह वाकई बड़ा दर्दनाक हादसा, इहदे विच हुण तक दस्या जा रहा है कि 16 मजदूरां दी उस पटाका फैक्ट्री विच जो काम कर रहे सी उत्थे उहनां दी मौत हो चुकी है। मैनूं लगदा कि यह मौतां दी गिनती वध भी सकदी है, क्योंकि जिस तरह का यह हादसा वापरिया, जिस तरह यह सारा घटनाक्रम हो गया, क्योंकि तमिलनाडु विच पहला भी बहुत सारिया पटाके बनाउण वालिया फैक्ट्रिया ने, ते सब तो वध पटाका बनिया भी उत्थे ही जा रहा है। वैसे पटाका वक्त वक्त जगह से बनता है, पर इत दसिया जा रहा है जो अजे तक जान सामने आई है कि एक कैमिकल मिक्स करने की कोशिश की जा रही थी, ओदे नाल ही हादसा वापर गया। हुण बाकी तां इह सारा कुछ जांच तों बाद पता लगेगा, पर 16 लोकां दी मौत हो गई है ते 40 दे तकरीबन लोग जख्मी आ जिन्हां नूं हस्पताल विच भर्ती करवाया गया। दूसरे पासे एक होर गल है, इह इस तरह दा हादसा कोई पहला हादसा नहीं, दिल्ली आले पासे होवे, यूपी आले पासे होवे, मध्य प्रदेश वाल भी ते पंजाब दे बटाले विच भी इस तरह दा हादसा वापरिया। उस हादसे विच असीं देखा कि 23 लोकां दी मौत हो गई। उन्हां कई लोकां तों बाद बहुत सारे लोग अजिहे सामने आए जिन्हां दीआं उच्च पद्धर ते यादियां सामने आईआं, उन्हां दे खिलाफ की कार्रवाई हुई, ओह केस किथे तक पहुंचा, ਇਹ ਵੀ ਅਜੇ ਤੱਕ ਬਹੁਤਾ ਖੁੱਲ ਕੇ ਸਾਹਮਣੇ ਨਹੀਂ ਆਇਆ। ਕੇਸ ਤਾਂ ਵੈਸੇ ਉਹ ਜਦੋਂ ਦੁਸਹਿਰੇ ਵਾਲੇ ਦਿਨ ਘਟਨਾ ਵਾਪਰਦੀ ਹੈ ਜੌੜਾ ਫਾਟਕ ਦੇ, ਉਹਨੂੰ ਲੈ ਕੇ ਵੀ ਜਿਸ ਬੰਦੇ ਕਰਕੇ ਦੱਸਿਆ ਜਾ ਰਿਹਾ ਹੈ ਸਾਰਾ ਕੁਛ ਹੋਇਆ, ਉਹ ਤਾਂ ਫਿਰ ਫੋਟਾਂ ਕਰਾ ਰਿਹਾ ਉਹਨਾਂ ਹੀ ਲੋਕਾਂ ਦੇ ਨਾਲ ਬਾਹਰ ਨਿਕਲ ਕੇ ਚੋਣ ਪ੍ਰਚਾਰ ਵਿਚ ਵੀ ਚੰਗੀ ਤਰ੍ਹਾਂ ਰੁੱਝਿਆ ਹੋਇਆ ਉਹ ਬੰਦਾ। ਪਰ ਸਵਾਲ ਇਹ ਹੈ ਕਿ ਲੋਕ ਬਹੁਤ ਸਾਰੇ ਉਦੋਂ ਵੀ ਮਰੇ ਸਨ, ਉਹਨਾਂ ਤੇ ਵੀ ਪਤਾ ਨੀ ਹੁਣ ਕੀ ਕਾਰਵਾਈ ਹੋਈ ਹੈ। ਇਧਰਲੇ ਪਾਸੇ ਪਟਾਕਿਆਂ ਵਾਲੇ ਕੰਮ ਚ ਬਟਾਲੇ ਵਾਲੇ ਪਾਸੇ ਵੀ ਇਹ ਚੀਜ਼ ਸੀ, ਹੁਣ ਤਮਿਲਨਾਡੂ ਵਾਲੇ ਪਾਸੇ ਵੀ ਭਾਵੇਂ 2-2 ਲੱਖ ਰੁਪਿਆ 2-2 ਲੱਖ ਰੁਪਿਆ ਮੁਆਵਜ਼ੇ ਦੇ ਤੌਰ ਤੇ ਦੇਣ ਦੀ ਗੱਲ ਕਹਿ ਦਿੱਤੀ ਗਈ ਹੈ, 50-50 ਹਜ਼ਾਰ ਰੁਪਏ ਜ਼ਖਮੀਆਂ ਨੂੰ। ਪਰ ਕੀ ਇਹ ਲੋਕ ਵਾਪਸ ਆ ਜਾਣਗੇ? ਕੀ 2-2 ਲੱਖ ਰੁਪਇਆ ਇਹਨਾਂ ਦੇ ਪਰਿਵਾਰਾਂ ਦੀ ਸਦਾ ਲਈ ਹੀ ਉਹਨਾਂ ਦੀ ਆਮਦਨ ਦਾ ਜ਼ਰੀਆ ਬਣ ਸਕਦਾ ਹੈ? ਕਿਉਂਕਿ ਸਰਕਾਰ ਦਾ ਕੰਮ ਤਾਂ ਚਲੋ ਹੁੰਦਾ, ਹੁਣ ਜੇਕਰ ਇਹ ਵੀ ਗੱਲ ਕਰ ਲਈਏ ਤਾਂ ਦੂਸਰੇ ਪਾਸੇ ਘਟਨਾ ਹਰੇਕ ਜਿਹੜੀ ਵਾਪਰਦੀ ਹੈ ਉਹ ਮਾੜੀ ਹੈ। ਇਸ ਤਰ੍ਹਾਂ ਦਿੱਲੀ ਵਾਲੇ ਪਾਸਿਓਂ ਵੀ ਬਹੁਤ ਸਾਰੇ ਕਿਸਾਨ ਸ਼ਹਾਦਤ ਦੇ ਚੁੱਕੇ ਨੇ, ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਹੋਇਆ। ਐਲਾਨ ਅਜੇ ਤੱਕ ਉੱਤਰਾਖੰਡ ਵਾਲੇ ਪਾਸਿਓਂ ਵੀ ਨਹੀਂ ਹੋਇਆ, ਭਾਵੇਂ ਸਰਕਾਰ ਨੇ ਇਹ ਕਹਿਤਾ ਕਿ ਅਸੀਂ ਭਰੋਸਾ ਦਵਾਉਂਦੇ ਹਾਂ ਕਿ ਮਦਦ ਪੂਰੀ ਕਰਾਂਗੇ। ਪਰ ਉਹ ਲੱਗਦਾ ਕਿ ਜਦ ਕਿਧਰੇ ਵੀ ਬੰਬ ਫਟਦੇ ਨੇ ਤੇਰੇ ਆਪਣੇ ਹੀ ਮਰਦੇ ਨੇ, ਸੋ ਇਹ ਬੰਬ ਫਟਣਾ ਹੋਵੇ ਚਾਹੇ ਪਟਾਕੇ ਫੋੜਨ ਦੀਆਂ ਗੱਲਾਂ ਹੋਣ, ਬੰਦੇ ਹਰ ਇੱਕ ਦੇ ਆਪਣੇ ਮਰਦੇ, ਪਰ ਸਰਕਾਰਾਂ ਨੇ ਮੁਆਵਜ਼ਾ ਰੱਖ ਦੇਣਾ ਹੁੰਦਾ ਤੇ ਉਹ ਰੱਖ ਵੀ ਦਿੱਤਾ। ਮਹਾਰਾਸ਼ਟਰ ਦੇ ਵਿਚ ਸੂਬਾ ਸਰਕਾਰ ਤੇ ਰਾਜਪਾਲ ਵਾਲਾ ਮਾਮਲਾ ਆਮੋ ਸਾਹਮਣੇ ਹੋਇਆ ਪਿਆ, ਕੰਮ ਦਿਓ ਤੁਸੀਂ ਵੀ ਲੱਗਦਾ ਜੀ ਮਾਮਲਾ ਥੋੜਾ ਜਿਹਾ ਹੋਰ ਵੱਧ ਜਾਣਾ, ਕਿਉਂਕਿ ਹੁਣ ਸਰਕਾਰਾਂ ਜਿਸ ਤਰ੍ਹਾਂ ਨੇ ਇੱਕ ਦੂਜੇ ਦੇ ਉੱਪਰ ਦੋਸ਼ ਲਗਾਉਣੇ ਸ਼ੁਰੂ ਕੀਤੇ ਆ। ਸ਼ਿਵ ਸੈਨਾ ਵਾਲੇ ਚਲੋ ਬੰਦਾ ਤਾਂ ਰਾਜਪਾਲ ਆ, ਉਹਨੇ ਇੱਕ ਸ਼ਹਿਰ ਦੇ ਵਿਚ ਇੱਕ ਨਿੱਜੀ ਪ੍ਰੋਗਰਾਮ ਸੀਗਾ, ਉੱਥੇ ਨਿੱਜੀ ਸੀਗਾ ਸਰਕਾਰੀ ਸੀ ਪਤਾ ਨੀ, ਪਰ ਉਹਨੇ ਇੱਕ ਪ੍ਰੋਗਰਾਮ ਤੇ ਜਾਣਾ ਸੀ ਤੇ ਜਹਾਜ਼ ਦੀ ਗੱਲ ਕੀਤੀ ਹੈ, ਅੰਦਰਲੇ ਪਾਸੇ ਬੈਠੇ ਹੀ ਹੋਏ ਪਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਉਡਾਉਣ ਦੀ। ਸਰਕਾਰ ਕਹਿੰਦੀ ਹੈ ਕਿ ਸਾਨੂੰ ਕੋਈ ਸਮੇਂ ਪਹਿਲਾਂ ਦੱਸਣਾ ਚਾਹੀਦਾ ਸੀ, ਇੱਕ ਦਿਨ ਪਹਿਲਾਂ ਦੱਸੂ ਕਿ ਸਾਡੇ ਲਈ ਸੁਰੱਖਿਆ ਦਾ ਸਵਾਲ ਖੜੇ ਹੋ ਸਕਦੇ, ਅਸੀਂ ਨਹੀਂ ਜਾਣ ਦੇਣਾ। ਜਦਕਿ ਦੂਜੇ ਪਾਸੇ ਸੀਐਮਓ ਆਫਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੀ ਪ੍ਰਵਾਨਗੀ 10 ਦਿਨ ਪਹਿਲਾਂ ਹੀ ਲੈ ਲਈ ਗਈ ਸੀ, ਪਰ ਜਾਣਬੁੱਝ ਕੇ ਕੀਤਾ ਜਾ ਰਿਹਾ। ਚਲੋ ਇੱਕ ਪਾਸੇ ਸੂਬਾ ਸਰਕਾਰ ਹੈ, ਦੂਜੇ ਪਾਸੇ ਜਿਹੜੇ ਰਾਜਪਾਲ ਆ ਉਹ ਭਾਜਪਾ ਵੱਲੋਂ ਲਗਾਏ ਜਾਂਦੇ, ਪਤਾ ਹੀ ਹੈ ਕਿ ਮੌਜੂਦਾ ਸਰਕਾਰ ਦੇ ਸਮੇਂ ਕਿਹੜੇ ਕਿਹੜੇ ਬੰਦੇ ਲਗਾਏ ਜਾਂਦੇ। ਇੱਥੇ ਤਾਂ ਹਾਰਿਆਂ ਨੂੰ ਵੀ ਲਗਾਇਆ, ਦਿੱਲੀ ਦੇ ਵਿੱਚ ਜਿਹੜੇ ਚੋਣਾਂ ਜਿੱਤਣ ਦਾ ਦਾਅਵਾ ਕਰਦੇ ਸੀਗੇ ਮੁੱਖ ਮੰਤਰੀ ਦਾ, ਉਹ ਤਾਂ ਉਹ ਵੀ ਕਿਸੇ ਪਾਸੇ ਹੁਣ ਗਵਰਨਰ ਲਗਾਇਆ, ਗਵਰਨਰ ਕਿਸ ਤਰ੍ਹਾਂ ਲਗਾਏ ਜਾਂਦੇ ਇਹ ਵੀ ਸਾਰਿਆਂ ਨੂੰ ਪਤਾ। ਇਹ ਮਾਮਲਾ ਵੱਧ ਜਾਣਾ ਕਿਉਂਕਿ ਲੱਗਦਾ ਸਰਕਾਰ ਦੀ ਆਪਸੀ ਰੰਜਿਸ਼ ਜਿਹੀ ਆ ਅੰਦਰਲੇ ਪਾਸਿਓਂ, ਤੇ ਉਹ ਕਿਸੇ ਵੇਲੇ ਉਹਨਾਂ ਨੇ ਨੀ ਗੱਲਾਂ ਸੁਣੀਆਂ ਤੇ ਹੁਣ ਉਹ ਕਹਿੰਦੇ ਭਾਈ ਤੁਸੀਂ ਨੀ ਸਾਡੀਆਂ ਸੁਣੀਆਂ ਤੇ ਅਸੀਂ ਕਿਉਂ ਸੁਣੀਏ। ਇਸ ਕਰਕੇ ਉਹਨਾਂ ਨੇ ਜਹਾਜ਼ ਤੋਰਨ ਤੋਂ ਮਨਾ ਕਰ ਦਿੱਤਾ, ਆਪਣਾ ਪ੍ਰਾਈਵੇਟ ਫਿਰ ਬੰਦਾ ਇੱਕ ਪਾਸਿਓਂ ਹੋਰ ਪਾਸੇ ਜਹਾਜ਼ ਦੀ ਟਿਕਟ ਕਰਾ ਕੇ ਗਿਆ ਜੀ। ਟਿਕਟ ਕਰਾ ਲਈ ਚੋਰੀ ਚੋਰੀ ਤੇ ਚੜ੍ਹ ਗਈ ਜਹਾਜ਼ ਦਾ, ਇੱਕ ਗੀਤ ਵੀ ਸੀਗਾ ਪਰ ਇਹਨਾਂ ਦੇ ਨੀ ਢੁਕਦਾ। ਬਹੁਤ ਧੰਨਵਾਦ ਬਾਈ ਜੀ, ਬਹੁਤ ਮਿਹਰਬਾਨੀ ਤੁਹਾਡੀ।
जी सुखनैर जी शुक्रिया जी मेहरबानी। सो मानो जी तुसी वीकेंड ब्रेक दा वेला जी ब्रेक तो बाद मैं देखना भुचाल बार होर कोई किसी तरह का स्टॉर्म तो नहीं आया। वैसे खबर आ गई कि बहुत थावां दे उत्ते भुचाल आया पंजाब दे विच विदेश तो भी साढ़े सज्जन जुड़े आ उन्हां दे भी मैसेज आ गए। चलो भुचाल आया जी सदके आवे ते जावे नुकसान ना करे।